ਡੀਐਸ ਅਕੈਡਮੀ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ। ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਪੇਪਰ ਏ ਦੀ ਤਿਆਰੀ ਨਾਲ ਸੰਬੰਧਿਤ ਅੱਜ ਦਾ ਲੈਕਚਰ। ਸੋ ਇਸ ਟੌਪਿਕ ਦੇ ਵਿੱਚ ਆਪਾਂ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਜੀਵਨ ਦੇ ਬਾਰੇ ਮੁੱਢਲੀ ਝਾਤ ਮਾਰਾਂਗੇ ਅਤੇ ਨਾਲ ਦੀ ਨਾਲ ਉਹਨਾਂ ਦੀਆਂ ਬਾਣੀਆਂ ਅਤੇ ਜਿਹੜੇ ਰਾਗ ਹੈ ਬਾਣੀਆਂ ਦੇ ਉਹਨਾਂ ਦੇ ਬਾਰੇ ਵੀ ਆਪਾਂ ਜਿਹੜੀ ਹੈਗੀ ਹੈ ਗੱਲ ਉਹ ਕਰਾਂਗੇ। ਇਹ ਟੈਸਟ ਤੁਹਾਡੇ ਪੰਜਾਬ ਲੈਵਲ ਦੇ ਪੇਪਰ ਇਹ ਜਿਹੜਾ ਪੰਜਾਬੀ ਦਾ ਹੁੰਦਾ ਹੈ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਉਹਦੇ ਵਿੱਚ ਕੰਮ ਆਉਣ ਵਾਲਾ ਹੈ। 99 ਦਾ ਪੇਪਰ ਜਿਹੜਾ ਆ ਰਿਹਾ ਜੁਲਾਈ ਦੇ ਵਿੱਚ ਉਹਨੂੰ ਮੁੱਖ ਰੱਖ ਕੇ ਜਿਹੜੇ ਟੌਪਿਕ ਨੇ ਉਹ ਰੈਡੀ ਕਰਕੇ ਤੁਹਾਡੇ ਲਈ ਮੁਫਤ ਦੇ ਵਿੱਚ ਥਿਊਰੀ ਕਲਾਸਾਂ ਲੈ ਕੇ ਆਏ ਹਾਂ ਜੀ। ਕਲਾਸ ਦੇ ਐਂਡ ਤੱਕ ਜ਼ਰੂਰ ਬਣੇ ਰਹਿਣਾ। ਬਾਕੀ ਜਿੰਨੀਆਂ ਵੀ ਪੰਜਾਬ ਲੈਵਲ ਦੇ ਵਿੱਚ ਬੀ ਅਤੇ ਸੀ ਕੈਟਾਗਰੀ ਦੀਆਂ ਜਿਹੜੀਆਂ ਪੋਸਟਾਂ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਪੇਪਰ ਏ ਲਾਜ਼ਮੀ ਕੀਤਾ ਗਿਆ ਸਰਕਾਰ ਦੇ ਦੁਆਰਾ, ਉਹਨਾਂ ਦੇ ਵਿੱਚ ਤੁਹਾਡਾ ਇਹ ਤੁਹਾਡੇ ਸਿਲੇਬਸ ਦੇ ਮੁਤਾਬਿਕ ਟੌਪਿਕ ਹੈਲਪਫੁਲ ਰਹਿਣ ਵਾਲਾ ਹੈ, ਮਦਦਗਾਰ ਬਣਨ ਵਾਲਾ ਹੈ। ਸੋ ਐਂਡ ਤੱਕ ਜ਼ਰੂਰ ਬਣੇ ਰਹਿਣਾ, ਕਾਫੀ ਨਵੀਆਂ ਅਤੇ ਕਾਫੀ ਰੌਚਕ ਚੀਜ਼ਾਂ ਜਿਹੜੀਆਂ ਤੁਹਾਨੂੰ ਉਹ ਦੇਖਣ ਨੂੰ ਮਿਲਣਗੀਆਂ ਟੌਪਿਕ ਦੇ ਵਿੱਚ ਜੀ। ਸੋ ਆਓ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣਾ ਅੱਜ ਦਾ ਟੌਪਿਕ ਜਿਸਦਾ ਨਾਮ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ। ਸੋ ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਮਾਂ ਜਿਵੇਂ ਕਿ ਤੁਸੀਂ ਜਾਣਦੇ ਹੋ 1469 ਤੋਂ 1539 ਈਸਵੀ ਦਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਜਿਹੜਾ ਹੈਗਾ ਜੀ 15 ਅਪ੍ਰੈਲ 1469 ਈਸਵੀ ਨੂੰ। ਪਿਤਾ ਦੇ ਨਾਮ ਇਹਨਾਂ ਦਾ ਜੋ ਹੈ ਜੀ ਮਹਿਤਾ ਕਲਿਆਣ ਰਾਏ, ਜਿਨ੍ਹਾਂ ਨੂੰ ਆਪਾਂ ਮਹਿਤਾ ਕਾਲੂ ਜੀ ਦੇ ਨਾਮ ਨਾਲ ਵੀ ਜਾਣਦੇ ਹਾਂ। ਮਾਤਾ ਦਾ ਨਾਮ ਹੈਗਾ ਜੀ ਮਾਤਾ ਤ੍ਰਿਪਤਾ ਜੀ, ਅਤੇ ਇਹਨਾਂ ਦਾ ਜਿਹੜਾ ਗ੍ਰਹਿ ਹੈ ਜਾਂ ਕਹਿ ਲਓ ਕਿ ਸਥਾਨ ਹੈ ਉਹ ਤਲਵੰਡੀ ਅਜੋਕੇ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਹੈ। ਇਹ ਪਿੰਡ ਲਾਹੌਰ ਦੇ ਪੱਛਮ ਵਿੱਚ 80 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਜੀ। ਰਾਏ ਪੋਏ ਪੱਟੀ ਇਸ ਇਲਾਕੇ ਦਾ ਜਗੀਰਦਾਰ ਸੀ, ਇਸ ਕਰਕੇ ਹੀ ਇਸ ਇਲਾਕੇ ਨੂੰ ਰਾਏ ਪੋਏ ਦੀ ਤਲਵੰਡੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਿਤਾ ਮਹਿਤਾ ਕਲਿਆਣ ਰਾਏ ਜੀ ਰਾਏ ਭੋਏ ਦੇ ਪੁੱਤਰ ਰਾਏ ਬੁਲਾਰ ਪਾਸ ਪਟਵਾਰੀ ਦਾ ਕੰਮ ਕਰਦੇ ਸਨ। ਸੋ ਇੱਕ ਉੱਚ ਘਰਾਣੇ ਦਾ ਜਿਹੜਾ ਉਹਨਾਂ ਦਾ ਅਹੁਦਾ ਸੀਗਾ। ਆਪ ਦਾ ਪੁਰਾਣਾ ਪਿੰਡ ਜਿਹੜਾ ਹੈਗਾ ਜੀ ਪਨੇ ਪਿੰਡ ਸੀ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ, ਜੋ ਤਰਨ ਤਾਰਨ ਤੋਂ 16 ਕਿਲੋਮੀਟਰ ਦੂਰ ਪੂਰਬ ਦੱਖਣ ਦੇ ਵਿੱਚ ਸਥਿਤ ਸੀ। ਗੁਰੂ ਨਾਨਕ ਦੇਵ ਜੀ ਦੀ ਇੱਕ ਵੱਡੀ ਭੈਣ ਸੀ ਜੀ, ਜਿਨ੍ਹਾਂ ਦਾ ਨਾਮ ਬੀਬੀ ਨਾਨਕੀ ਸੀ। ਉਹਨਾਂ ਦਾ ਜਨਮ 1464 ਈਸਵੀ ਦੇ ਵਿੱਚ ਹੋਇਆ ਜੀ। 7 ਸਾਲ ਦੀ ਉਮਰ ਦੇ ਵਿੱਚ ਨਾਨਕ ਦੇਵ ਜੀ ਨੂੰ ਹਿੰਦੀ ਪੜ੍ਹਨ ਦੇ ਲਈ ਜਿਹੜਾ ਹੈਗਾ ਗੋਪਾਲ ਪੰਡਿਤ ਦੇ ਕੋਲ ਜਿਹੜਾ ਹੈਗਾ ਭੇਜਿਆ ਜਾਂਦਾ ਹੈ। ਇਹ ਸਾਰੇ ਹੀ ਪੁਆਇੰਟ ਤੁਹਾਡੇ ਧਿਆਨ 'ਚ ਰੱਖਣ ਵਾਲੇ ਨੇ। ਸੋ ਇੱਥੋਂ ਮੋਸਟਲੀ ਇਹਨਾਂ ਪੁਆਇੰਟਾਂ ਨੂੰ ਜ਼ਰੂਰ ਨੋਟ ਕਰਦੇ ਰਹਿਣਾ। ਜਿਹੜੇ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਜੀ ਹੈ ਜੀ, ਜਿਨ੍ਹਾਂ ਦਾ ਜਨਮ 1464 ਈਸਵੀ ਦੇ ਵਿੱਚ ਹੁੰਦਾ, ਅਤੇ ਇਹਨਾਂ ਨੂੰ ਜਦੋਂ ਗੁਰੂ ਜੀ ਨੂੰ ਸਿੱਖਿਆ ਦੇ ਲਈ ਭੇਜਿਆ ਜਾਂਦਾ ਹੈ ਪੰਡਿਤ ਗੋਪਾਲ ਦੇ ਪਾਸ, ਤਾਂ ਇਹ ਉਹਨਾਂ ਦੀ ਸਭ ਤੋਂ ਪਹਿਲੀ ਐਜੂਕੇਸ਼ਨ ਦੀ ਜਾਂ ਕਹਿ ਲਓ ਕਿ ਸਿੱਖਿਆ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਬ੍ਰਿਜ ਲਾਲ ਹੈ ਜਿਹੜੇ ਉਹਨਾਂ ਦੇ ਪਾਸੋਂ ਆਪ ਜੀ ਨੂੰ ਸੰਸਕ੍ਰਿਤ ਭਾਸ਼ਾ ਜਿਹੜੀ ਹੈਗੀ ਆ ਉਹ ਸਿੱਖਣ ਦੇ ਲਈ ਭੇਜਿਆ ਜਾਂਦਾ ਜੀ। ਅਤੇ 13 ਸਾਲ ਦੀ ਉਮਰ ਦੇ ਵਿੱਚ ਤਲਵੰਡੀ ਦੇ ਮੌਲਵੀ ਕੁਤਬੁਦੀਨ ਦੇ ਕੋਲ ਫਾਰਸੀ ਸਿੱਖਣ ਦੇ ਲਈ ਜਿਹੜਾ ਹੈਗਾ ਪਰਿਵਾਰ ਦੇ ਦੁਆਰਾ ਗੁਰੂ ਜੀ ਨੂੰ ਭੇਜਿਆ ਜਾਂਦਾ। ਇਹ ਸਾਰੇ ਅਧਿਆਪਕ ਗੁਰੂ ਸਾਹਿਬ ਦੀ ਪ੍ਰਤਿਭਾ ਤੋਂ ਬਹੁਤ ਪ੍ਰਸੰਨ ਹੋਏ ਅਤੇ 10 ਸਾਲ ਦੀ ਉਮਰ ਦੇ ਵਿੱਚ ਜਦੋਂ ਘਰ ਦੇ ਪੁਰੋਹਿਤ ਪੰਡਿਤ ਹਰਦਿਆਲ ਤੋਂ ਜਨੇਊ ਪਹਿਨਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਾਨਕ ਦੇਵ ਜੀ ਦੇ ਇਨਕਾਰ ਕਰ ਦਿੱਤਾ। ਦੇਖੋ ਜੀ, ਇੱਥੇ ਸਭ ਤੋਂ ਪਹਿਲੀ ਜਿਹੜੀ ਇਹ ਘਟਨਾ ਵਾਪਰਦੀ ਹੈ, ਗੁਰੂ ਜੀ ਜਿਹੜਾ ਜਨੇਊ ਪਾਉਣ ਤੋਂ ਮਨਾ ਕਰਦੇ ਆ, ਤਾਂ ਉਸ ਟਾਈਮ 'ਤੇ ਜਿਹੜੇ ਪੁਰੋਹਿਤ ਪੰਡਿਤ ਹਰਦਿਆਲ ਸੀਗੇ, ਅਤੇ ਇੱਥੋਂ ਜਿਹੜੇ ਹੈਗੇ ਆ ਗੁਰੂ ਜੀ ਸ਼ਬਦ ਦੇ ਜਿਹੜੇ ਜਨੇਊ ਦੇ ਨਾਲ ਹੈ ਨਾ ਉਚਾਰਨ ਕਰਦੇ ਨੇ ਵੀ ਇਹ ਕਿਹਾ ਜਨੇਊ ਹੈ, ਜਿਹੜਾ ਮੈਂ ਤੁਹਾਨੂੰ ਐਕਸਪਲੇਨੇਸ਼ਨ ਦੇ ਵਿੱਚ ਦੱਸਾਂ ਕਿ ਜਿਹੜਾ ਤਾਗੇ ਦਾ ਇੱਕ ਬਣਿਆ ਹੋਇਆ
ਅਤੇ ਇਹਨੇ ਟੁੱਟ ਜਾਣਾ। ਅਤੇ ਗੁਰੂ ਜੀ ਇੱਥੇ ਕਹਿੰਦੇ ਨੇ ਕਿ ਮੈਂ ਅਜਿਹਾ ਇੱਕ ਜਨੇਊ ਪਾਉਣਾ ਚਾਹੁੰਦਾ ਜਿਹੜਾ ਜਨੇਊ ਜਿਹੜਾ ਹੈਗਾ ਉਹ ਸਦੀਵੀ ਮੇਰੇ ਨਾਲ ਰਹੇ। ਇੱਕ ਗਿਆਨ ਦਾ ਜਨੇਊ, ਇੱਕ ਸ਼ਬਦ ਗੁਰੂ ਦਾ ਜਨੇਊ ਆਪਾਂ ਕਹਿ ਸਕਦੇ ਹਾਂ। ਸੋ ਇਸ ਤਰ੍ਹਾਂ ਇੱਥੇ ਜਿਹੜੇ ਰੋਹ ਰੀਤ ਨੇ ਪੁਰਾਣੇ ਪੁਰਾਤਨ ਉਹਨਾਂ ਦਾ ਖੰਡਨ ਕਰਦੇ ਨੇ ਗੁਰੂ ਨਾਨਕ ਦੇਵ ਜੀ ਆਪਣੇ ਬਚਪਨ ਦੇ ਵਿੱਚ ਹੀ। ਇਸ ਤੋਂ ਸਪੱਸ਼ਟ ਹੋ ਜਾਂਦਾ ਕਿ ਬਚਪਨ ਵਿੱਚ ਹੀ ਉਹਨਾਂ ਦਾ ਮਕਸਦ ਹੈ ਜਿਹੜਾ, ਉਹਨਾਂ ਨੇ ਇੱਕ ਮਿਥ ਲਿਆ ਸੀ, ਉਹਨਾਂ ਦਾ ਇੱਕ ਮੋਟਿਵ ਸੀਗਾ ਕਿ ਗਿਆਨ ਦੀ ਖਸਪੱਟੀ ਉੱਪਰ ਪਰਖਣ ਤੋਂ ਬਗੈਰ ਕੋਈ ਵੀ ਕੰਮ ਐਵੇਂ ਦੇਖੋ ਦਿਖਾਏ ਨਹੀਂ ਕਰਨਾ ਚਾਹੀਦਾ। ਮਤਲਬ ਫੈਕਟ ਦੇ ਵੱਲ ਉਹਨਾਂ ਨੇ ਜਿਹੜਾ ਲੋਕਾਂ ਨੂੰ ਲੈ ਕੇ ਗਏ, ਤਰਕ ਦੇ ਨਾਲ ਲੋਕਾਂ ਨੂੰ ਉਹਨਾਂ ਨੇ ਜੋੜਿਆ। ਇਸ ਸਿਧਾਂਤ ਉੱਪਰ ਆਪਣੇ ਸਾਰੀ ਉਮਰ ਪਹਿਰਾ ਦਿੱਤਾ। ਜੋ ਸੱਚ ਪ੍ਰਤੀਤ ਹੋਇਆ ਅਤੇ ਉਸ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ 'ਤੇ ਉਹਨਾਂ ਨੇ ਗੁਰੇਜ਼ ਨਹੀਂ ਕੀਤਾ। ਦੇਖੋ ਇੱਥੇ ਉਹਨਾਂ ਨੇ ਕੀ ਹੈ ਕਿ ਜਿਹੜੀ ਮਿਥ ਸੀ, ਠੀਕ ਹੈ, ਮੈਥੋਲੋਜੀ ਹੈ ਜਿਹੜੀ, ਉਹਨੂੰ ਸਿਰੇ ਤੋਂ ਜਿਹੜਾ ਹੈਗਾ ਇਨਕਾਰਿਆ। ਉਹਨਾਂ ਨੇ ਸਿਰੇ ਤੋਂ ਇਹਨੂੰ ਜਿਹੜਾ ਹੈਗਾ ਇਨਕਾਰ ਕੀਤਾ, ਜਾਂ ਕਹਿ ਲਓ ਕਿ ਇਹਦਾ ਵਿਰੋਧ ਕੀਤਾ, ਅਤੇ ਉਹਦੇ ਲਈ ਜਿਹੜੀ ਇੱਕ ਫੈਕਟ ਨੇ ਜਾਂ ਕਹਿ ਲਓ ਸੱਚ ਹੈ ਜਿਹੜਾ, ਉਹਦੇ 'ਤੇ ਪਹਿਰਾ ਦਿੱਤਾ, ਜਾਂ ਉਸ 'ਤੇ ਤੌਰ ਤਰੀਕੇ ਦੇ ਨਾਲ ਜਿਹੜਾ ਸਮਾਜ ਦੇ ਵਿੱਚ ਬੁਰਾਈਆਂ ਸੀ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਆਪ ਦੇ ਵਿਚਾਰਾਂ ਦੇ ਸਮੁੱਚੇ ਭਾਰਤ ਵਿੱਚ ਇੱਕ ਇਨਕਲਾਬੀ ਤਬਦੀਲੀ ਲੈ ਆਉਂਦੀ। ਦੇਖੋ ਜੀ, ਜਦੋਂ ਨਵੇਂ ਵਿਚਾਰ ਆਉਣਗੇ, ਨਵੀਆਂ ਚੀਜ਼ਾਂ ਆਉਣਗੀਆਂ, ਤਾਂ ਉਹਦੇ ਨਾਲ ਜਿਹੜੇ ਲੋਕ ਹੈ ਉਹ ਜ਼ਰੂਰ ਪ੍ਰਭਾਵਿਤ ਹੁੰਦੇ ਨੇ। ਅਤੇ ਗੁਰੂ ਨਾਨਕ ਦੇਵ ਜੀ ਦੀ ਉਹ ਮਹਾਨ ਸ਼ਖਸੀਅਤ ਤੋਂ ਤਾਂ ਇਹ ਮਤਲਬ ਵਾਕਫ ਹੀ ਸੀ, ਆਪਾਂ ਉਹਨਾਂ ਦੀਆਂ ਬਚਪਨ ਦੀਆਂ ਘਟਨਾਵਾਂ ਤੋਂ ਵੀ ਜਾਣਦੇ ਹਾਂ ਕਿ ਉਹਨਾਂ ਦੀ ਇੱਕੋ ਸ਼ਖਸੀਅਤ, ਉਹਨਾਂ ਦਾ ਇੱਕ ਇਰਾ ਜਿਹੜਾ ਸੀਗਾ ਉਹ ਬਹੁਤ ਹੀ ਪ੍ਰਭਾਵਿਤ ਕਰਨ ਵਾਲਾ ਸੀ, ਅਤੇ ਵੱਡੇ ਪੱਧਰ 'ਤੇ ਸਮਾਜ ਦੇ ਵਿੱਚ ਜਿਹੜਾ ਹੈਗਾ ਗੁਰਸਿੱਖ ਸਮਾਜਿਕ ਸੱਭਿਆਚਾਰਕ ਤਬਦੀਲੀ ਹੈ ਜਿਹੜੀ ਉਹ ਆਈ। ਅਤੇ ਭਾਰਤ ਦੇ ਵਿੱਚ ਇੱਕ ਨਵੀਂ ਕੌਮ ਨੇ ਜਨਮ ਲਿਆ, ਜਿਸ ਨੂੰ ਹੁਣ ਗੁਰਮਤਿ ਉੱਪਰ ਜਿਹੜੀ ਹੈਗੀ, ਹੁਣ ਤੱਕ ਵੀ ਉਹ ਗੁਰਮਤਿ ਉੱਪਰ ਚੱਲ ਰਹੀ ਹੈ, ਜਾਂ ਕਹਿ ਸਕਦੇ ਹਾਂ ਜਿਸ ਨੂੰ ਆਪਾਂ ਸਿੱਖ ਕਮਿਊਨਿਟੀ ਦੇ ਨਾਮ ਨਾਲ ਜਾਣਦੇ ਹਾਂ। ਜਵਾਨ ਹੋਣ ਤੱਕ ਗੁਰੂ ਜੀ ਨੇ ਸੰਸਾਰਕ ਕਾਰ ਵਿਹਾਰ ਵਿੱਚ ਕੋਈ ਦਿਲਚਸਪੀ ਨਹੀਂ ਲਈ। ਆਪ ਹਰ ਸਮੇਂ ਭਾਰਤੀ ਸਮਾਜ ਦੇ ਉਥਾਨ ਵਾਸਤੇ ਸੋਚਦੇ ਰਹਿੰਦੇ ਸਨ। ਹਾਲਾਂਕਿ 18 ਸਾਲ ਦੀ ਉਮਰ ਵਿੱਚ, ਜਦੋਂ 1487 ਦਾ ਸਮਾਂ, ਆਪ ਦੀ ਸ਼ਾਦੀ ਹੈ ਜਿਹੜੀ, ਆਪ ਦਾ ਵਿਆਹ ਜਿਹੜਾ ਉਹ ਬਾਬਾ ਮੂਲ ਚੰਦ ਬਟਾਲੇ ਦੇ ਰਹਿਣ ਵਾਲੇ ਨੇ, ਇਹਨਾਂ ਦੀ ਸਪੁੱਤਰੀ ਬੀਬੀ ਸੁਲੱਖਣੀ ਦੇ ਨਾਲ ਕਰ ਦਿੱਤਾ ਜਾਂਦਾ ਹੈ। 1504 ਈਸਵੀ ਦੇ ਵਿੱਚ ਕੁਝ ਸਮੇਂ ਲਈ ਆਪ ਆਪਣੀ ਵੱਡੀ ਭੈਣ ਬੀਬੀ ਨਾਨਕੀ ਜੀ ਪਾਸ ਚਲੇ ਜਾਂਦੇ ਹੈ, ਜਿੱਥੇ ਕਿ ਉਹ ਸੁਲਤਾਨਪੁਰ ਲੋਧੀ ਦਾ ਇਲਾਕਾ ਜਿੱਥੇ ਉਹ ਵਿਆਹੇ ਹੋਏ ਹੈ। ਸੋ ਇਹ ਬਹੁਤ ਹੀ ਮਹੱਤਵਪੂਰਨ ਉਦੋਂ ਦਾ ਇਲਾਕਾ ਸੀ, ਬਹੁਤ ਉੱਚ ਪੱਧਰੀ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਪਾਰਕ ਪੱਖੋਂ ਵੀ, ਆਰਥਿਕ ਪੱਖੋਂ ਵੀ ਜਿਹੜਾ ਹੈਗਾ ਇਹ ਬਹੁਤ ਹੀ ਪ੍ਰਸਿੱਧ ਇਲਾਕਾ ਸੀਗਾ ਪੰਜਾਬ ਦੇ ਵਿੱਚ, ਸੁਲਤਾਨਪੁਰ ਲੋਧੀ ਦਾ। ਇਸ ਨਗਰ ਦੇ ਮੋਦੀਖਾਨੇ ਵਿੱਚ ਕੁਝ ਸਮਾਂ ਆਪ ਨੇ ਮੋਦੀ ਦੀ ਭੂਮਿਕਾ ਨਿਭਾਈ ਅਤੇ ਗਰੀਬ ਗੁਰਬੇ ਦੀ ਸੇਵਾ ਕਰਦੇ ਰਹੇ। ਇੱਥੇ ਜਿਹੜਾ ਉਹ 13-13 ਤੋਲਣ ਵਾਲਾ ਸੰਕਲਪ ਹੈ ਜਿਹੜਾ, ਉਹ ਗੁਰੂ ਜੀ ਦਾ ਪ੍ਰਚਲਿਤ ਹੁੰਦਾ ਇਸ ਜਗ੍ਹਾ ਤੋਂ ਹੀ। ਇੱਕ ਦਿਨ ਅੰਮ੍ਰਿਤ ਵੇਲੇ ਮੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਲਈ ਗਏ ਤਾਂ 3 ਦਿਨ ਅਲੋਪ ਹੋ ਗਏ, ਇੱਥੇ ਅਲੋਪ ਆਊਗਾ, ਸੋਰੀ, ਅਲੋਪ ਹੋ ਗਏ। ਜਦੋਂ ਪ੍ਰਗਟ ਹੋਏ ਤਾਂ ਉਹਨਾਂ ਨੇ ਕੀ ਦੇਖਿਆ ਕਿ ਪਹਿਲਾ ਵਾਕ ਉਹਨਾਂ ਨੇ ਆਪਣੇ ਮੂੰਹ ਦੇ ਵਿੱਚ ਉਚਾਰਿਆ ਜੋ ਲੋਕਾਂ ਨੇ ਦੇਖਿਆ ਅਤੇ ਸੁਣਿਆ, ਨਾ ਕੋ ਹਿੰਦੂ ਨਾ ਮੁਸਲਮਾਨ। ਸੋ ਇੱਥੋਂ ਇੱਕ ਨਵੇਂ ਵਿਚਾਰ ਜਿਹੜੇ ਗੁਰੂ ਜੀ ਦੇ, ਜਾਂ ਕਹਿ ਲਓ ਕਿ ਇੱਕ ਨਵਾਂ ਉਹ ਦਾਇਰਾ, ਉਸ ਦਾਇਰੇ ਦੀ ਸ਼ੁਰੂਆਤ ਹੋ ਗਈ ਜੋ ਅਜੋਕੇ ਦੌਰ ਦੇ ਵਿੱਚ ਵੀ ਵੱਡੇ ਪੱਧਰ 'ਤੇ ਜਿਹੜਾ ਸਿੱਖ ਫਲਸਫੇ ਨੂੰ ਦੀ ਰਹਿਨੁਮਾਈ ਕਰਦਾ, ਜਾਂ ਕਹਿ ਲਓ ਸਿੱਖ ਫਲਸਫੇ ਦੇ ਨਾਲ ਜੁੜਿਆ ਹੋਇਆ, ਉਹਦੀ ਅਗਵਾਈ ਕਰ ਰਿਹਾ। 1507 ਈਸਵੀ ਦੇ ਵਿੱਚ ਆਪ ਨੇ ਉਦਾਸੀ ਜਿਹੜੀਆਂ ਹੈਗੀਆਂ ਉਹਨਾਂ ਨੂੰ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੂੰ ਆਪਾਂ ਯਾਤਰਾਵਾਂ ਵੀ ਕਹਿੰਦੇ ਹਾਂ, ਠੀਕ ਹੈ, ਉਦਾਸੀਆਂ ਦੇ ਨਾਮ ਨਾਲ ਜਾਣਿਆ ਜਾਂਦਾ ਗੁਰੂ ਜੀ ਦੀਆਂ ਇਹਨਾਂ ਯਾਤਰਾਵਾਂ ਨੂੰ, ਜਿਨ੍ਹਾਂ ਦੇ ਵਿੱਚ ਆਪ ਨੇ ਪੂਰੇ ਭਾਰਤ ਦੇ ਵਿੱਚ ਨਾਲ ਨਾਲ ਬੰਗਲਾਦੇਸ਼, ਸ਼੍ਰੀਲੰਕਾ, ਮੱਕਾ, ਮਦੀਨਾ ਅਤੇ ਬਗਦਾਦ ਦੀ ਯਾਤਰਾ ਵੀ ਕੀਤੀ। ਆਪ ਹਿੰਦੂਆਂ ਅਤੇ ਮੁਸਲਮਾਨਾਂ ਅਤੇ ਯੋਗੀਆਂ ਦੇ ਹਰ ਵੱਡੇ ਟਿਕਾਣੇ, ਤੀਰਥ ਸਥਾਨ ਉੱਪਰ ਗਏ ਤਾਂ ਜੋ ਹਿੰਦੁਸਤਾਨ ਵਿੱਚ ਰਹਿਣ ਵਾਲੀਆਂ ਤਿੰਨੇ ਕੌਮਾਂ ਦੇ ਆਚਾਰ ਵਿਹਾਰ ਦੀ ਜੜ੍ਹ ਤੱਕ ਪਹੁੰਚ ਸਕਣ। ਇਸ ਤਰ੍ਹਾਂ
ਇਹਨਾਂ ਵੱਖ ਵੱਖ ਧਰਮਾਂ ਦੇ ਵੱਖ ਵੱਖ ਧਾਰਮਿਕ ਅਦਾਰਿਆਂ ਦੇ ਵਿੱਚ ਜੋ ਊਣਤਾਈਆਂ ਜੋ ਝੂਠੇ ਅਡੰਬਰ ਜਾਂ ਜੋ ਬੁਰਾਈਆਂ ਪ੍ਰਚਲਿਤ ਸਨ ਉਹਨਾਂ ਦਾ ਗੁਰੂ ਜੀ ਨੇ ਤਰਕ ਦੇ ਨਾਲ ਜਿਹੜਾ ਹੈਗਾ ਖੰਡਨ ਕੀਤਾ ਅਤੇ ਉਹਨਾਂ ਨੂੰ ਸਹੀ ਪਰਮਾਤਮਾ ਦੇ ਜਾਂ ਈਸ਼ਵਰ ਦੇ ਲੜ ਲੱਗਣ ਦੇ ਲਈ ਪ੍ਰੇਰਿਆ। ਇਹ ਉਦਾਸੀਆਂ 1520 ਈਸਵੀ ਦੇ ਵਿੱਚ ਸਥਾਪਿਤ ਹੋਈਆਂ। 1521 ਤੋਂ 1539 ਤੱਕ ਪੂਰੇ 18 ਵਰੇ ਆਪਣੇ ਦੇ ਜਿਹੜੇ ਹੈਗੇ ਆਪਣੇ ਹੱਥਾਂ ਦੇ ਨਾਲ ਵਿਸਾਏ ਨਗਰ ਕਰਤਾਰਪੁਰ ਵਿਖੇ ਟਿਕੇ ਰਹੇ। ਸੋ ਗੁਰਸਿੱਖੀ ਦਾ ਸਰੂਪ ਅਤੇ ਸੰਕਲਪ ਸਿਰਜਦੇ ਰਹੇ। ਇੱਥੇ ਆ ਕੇ ਆਪ ਜੀ ਨੇ ਆਪਣੀ ਸਮੁੱਚੀ ਬਾਣੀ ਜਿਸ ਵਿੱਚੋਂ ਬਹੁਤੀ ਯਾਤਰਾਵਾਂ ਦੇ ਦਰਮਿਆਨ ਲਿਖੀ ਗਈ ਸੀ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ, ਸਾਰੇ ਸਾਰੇ ਸ਼ਬਦਾਂ ਨੂੰ ਇੱਕ ਸੰਗ੍ਰਹਿ ਰੂਪ ਦੇ ਵਿੱਚ ਤਿਆਰ ਕੀਤਾ ਅਤੇ ਗੁਰਸਿੱਖਾਂ ਦੀ ਰਹਿਨੁਮਾਈ ਲਈ ਉਹਨਾਂ ਦੇ ਪਾਸ ਪਹੁੰਚਾਇਆ। ਸੋ ਮਤਲਬ ਸਿੱਖਾਂ ਨੂੰ ਜਾਂ ਕਹਿ ਲਓ ਕਿ ਸਿੱਖੀ ਨੂੰ ਉਹ ਜਿਹੜੀਆਂ ਰਚਨਾਵਾਂ ਸੀ ਉਹ ਅਰਪਣ ਕਰ ਦਿੱਤੀਆਂ ਗੁਰੂ ਜੀ ਨੇ, ਜਿਵੇਂ ਸਿੱਧ ਗੋਸ਼ਟ। ਹੋਰ ਅੱਗੇ ਜਾ ਕੇ ਆਪਾਂ ਸਾਰੀਆਂ ਬਾਣੀਆਂ ਦੀਆਂ ਜਿਹੜੀਆਂ ਹੈਗੀਆਂ ਰਚਨਾਵਾਂ ਨੇ ਜੋ ਗੁਰੂ ਜੀ ਦੀਆਂ ਉਹਨਾਂ ਦੇ ਬਾਰੇ ਗੱਲ ਕਰਾਂਗੇ ਬਾਣੀ ਦੀਆਂ ਰਚਨਾਵਾਂ ਦੇ। ਸੋ ਕਾਵਿ ਰਚਨਾ ਜੋ ਕਿ ਬਹੁਤ ਹੀ ਮਹੱਤਵਪੂਰਨ ਤੁਹਾਡੇ ਇਹ ਯਾਦ ਰੱਖਣ ਵਾਲੇ ਨੇ, ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਲਿਟਰੇਚਰ ਨਾਲ ਰਿਲੇਟਡ ਪ੍ਰਸ਼ਨ ਆ ਸਕਦੇ ਨੇ। ਕਾਵਿ ਰਚਨਾਵਾਂ ਦੇ ਵਿੱਚ ਗੁਰੂ ਜੀ ਨੇ ਸਮੁੱਚੀ ਬਾਣੀ ਹੈ ਜਿਹੜੀ ਜੀ ਉਹ 20 ਰਾਗਾਂ ਦੇ ਵਿੱਚ ਲਿਖੀ ਹੈ। ਪੁਆਇੰਟ ਨੋਟ ਕਰ ਲਿਓ। ਆਪ ਨੇ 20 ਰਾਗਾਂ ਦੇ ਵਿੱਚ ਜਿਹੜੇ ਹੈਗੇ ਸ੍ਰੀ ਰਾਗ, ਮਾਝ ਰਾਗ, ਗੌੜੀ ਰਾਗ, ਆਸਾ ਰਾਗ, ਗੁਜਰੀ ਰਾਗ, ਬਿਹਾਗੜਾ ਰਾਗ, ਬੜਹੰਸ, ਸੋਰਠ, ਧਨਾਰ, ਸ੍ਰੀ ਤਿਲੰਗ, ਸੂਹੀ, ਬਿਲਾਵਲ, ਰਾਮਕਲੀ, ਮਾਰੂ, ਤੁਖਾਰੀ, ਭੈਰੋ, ਬਸੰਤ, ਸਾਰੰਗ, ਮਲਾਰ ਅਤੇ ਪ੍ਰਭਾਤੀ, ਇਹਨਾਂ ਰਾਗਾਂ ਦੇ ਵਿੱਚ ਜਿਹੜੀ ਹੈਗੀ ਆ ਬਾਣੀ ਰਚੀ ਗਈ ਹੈ। ਕਿਸੇ ਵੀ ਇੱਕ ਰਾਗ ਦਾ ਤੁਹਾਨੂੰ ਨਾਂ ਲਿਖ ਕੇ ਮੁੜ ਕੇ ਪੁੱਛ ਸਕਦੇ ਨੇ ਕਿ ਕਿਸ ਦਾ ਨਾਮ ਹੈ। ਸੋ ਇਹ ਰਾਗ ਨੇ ਜੀ ਜਿਹੜੇ ਉਹ 20 ਰਾਗ ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਰਜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪ ਦੇ ਕੁੱਲ 958 ਸ਼ਬਦ ਜਾਂ ਕਹਿ ਲਓ ਕਿ ਪਦੇ ਸੰਗ੍ਰਹਿਤ ਹਨ। ਆਪ ਨੇ ਵੱਡੇ ਆਕਾਰ ਦੀਆਂ ਕੁਝ ਪ੍ਰਬੰਧਾਤਮਕ ਰਚਨਾਵਾਂ ਵੀ ਲਿਖੀਆਂ, ਜਿਨ੍ਹਾਂ ਦੇ ਵਿੱਚ ਜਪਜੀ ਸਾਹਿਬ, ਓਂਕਾਰ, ਸਿੱਧ ਗੋਸ਼ਟ, ਬਾਰਾਂਮਾਂਹ, ਅਥਿਤੀ, ਪਟੀ, ਆਸਾ ਦੀ ਵਾਰ, ਮਾਝ ਦੀ ਵਾਰ ਅਤੇ ਮਲਾਰ ਦੀ ਵਾਰ ਦਾ ਉਲੇਖ ਕੀਤਾ ਜਾਂਦਾ ਹੈ। ਸੋ ਇਹ ਸਾਰੀਆਂ ਉਹ ਰਚਨਾਵਾਂ ਨੇ ਜਿਨ੍ਹਾਂ ਦਾ ਆਕਾਰ ਵੱਡਾ ਹੈ, ਵੱਡੇ ਆਕਾਰ ਦੀਆਂ ਨੇ, ਪ੍ਰਬੰਧਾਤਮਕ ਰਚਨਾਵਾਂ ਨੇ। ਸਿੱਧ ਗੋਸ਼ਟ ਜਿਹੜਾ ਹੈਗਾ ਸਿੱਧਾਂ ਦੇ ਨਾਲ ਵਿਚਾਰ ਚਰਚਾ ਦੇ ਦੌਰਾਨ ਓਂਕਾਰ ਦਾ ਫਲਸਫਾ 12 ਮਹੀਨਿਆਂ ਦਾ। ਸੋ ਇਸੇ ਤਰ੍ਹਾਂ ਆਸਾਦੀ ਉੱਤੇ ਮਾਝ ਦੀ ਵਾਰ, ਮਲਾਰ ਦੀ ਵਾਰ, ਇਹ ਵੀ ਬਹੁਤ ਇੰਪੋਰਟੈਂਟ ਨੇ ਅਤੇ ਸਭ ਤੋਂ ਜਿਹੜੀ ਸਕਾਰਾਤਮਕ ਜਾਂ ਕਹਿ ਲਓ ਕਿ ਮਹੱਤਵਪੂਰਨ ਜੋ ਬਾਣੀ ਗੁਰੂ ਜੀ ਦੀ ਰਚਿਤ ਹੈ ਜਪਜੀ ਸਾਹਿਬ। ਸੋ ਇਸੇ ਤਰ੍ਹਾਂ ਜੀ ਜਨਮ ਸਾਖੀਆਂ ਅਤੇ ਹੋਰ ਪੁਰਾਤਨ ਗ੍ਰੰਥਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਅਜਿਹੇ ਨਮੂਨੇ ਮਿਲਦੇ ਹਨ ਜਿਨ੍ਹਾਂ ਦੀ ਪ੍ਰਮਾਣਿਕਤਾ ਬਾਰੇ ਵਿਵਾਦ ਹੈ। ਕੁਝ ਅਜਿਹੀਆਂ ਰਚਨਾਵਾਂ ਵੀ ਹਨ ਜਿਹੜੀਆਂ ਕਹੀਆਂ ਜਾਂਦੀਆਂ ਨੇ ਕਿ ਗੁਰੂ ਨਾਨਕ ਦੇਵ ਜੀ ਦੀਆਂ ਨੇ, ਅਤੇ ਪਰ ਕੁਝ ਰਚਨਾਵਾਂ ਦੇ ਵਿੱਚ ਮਤਲਬ ਉਹ ਉਸ ਮਾਪਦੰਡ ਦੇ ਨਾਲ ਗੁਰੂ ਜੀ ਦੀਆਂ ਉਪਰੋਕਤ ਜੋ ਰਚਨਾਵਾਂ ਨੇ ਉਹਨਾਂ ਦੇ ਬਰਾਬਰ ਜਿਹੜਾ ਹੈਗਾ ਨਹੀਂ ਠਹਿਰਦੀਆਂ, ਜਾਂ ਕਹਿ ਲਓ ਕਿ ਉਹਨਾਂ ਦਾ ਦਾਇਰਾ ਜਾਂ ਉਹਨਾਂ ਦੇ ਜਿਹੜਾ ਗਿਆਨ ਦਾ ਸਿਧਾਂਤ ਹੈ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਉਹਨਾਂ ਦੇ ਲੈਵਲ ਦਾ ਨਹੀਂ ਠਹਿਰਦਾ। ਇਸ ਕਰਕੇ ਕੁਛ ਵਿਦਵਾਨ ਨੇ ਜਿਹੜੇ ਉਹ ਇਹਨਾਂ 'ਤੇ ਕਿੰਤੂ ਕਰਦੇ ਨੇ, ਕਿਉਂਕਿ ਇਸ ਟਾਈਮ 'ਤੇ ਜਿਹੜੀਆਂ ਬਾਣੀਆਂ ਨੇ ਉਹ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਬਾਅਦ ਦੇ ਵਿੱਚ ਖਾਸ ਕਰਕੇ ਜਿਵੇਂ ਆਪਣਾ ਸ਼੍ਰੀ ਚੰਦ ਤੋਂ ਲੈ ਕੇ ਜਿੰਨੇ ਵੀ ਜਿਹੜੇ ਹੈਗੇ ਆ ਵਿਰੋਧੀ ਤਰ੍ਹਾਂ ਇੱਕ ਤਰ੍ਹਾਂ ਨਾਲ ਖੜੀਆਂ ਹੋਈਆਂ, ਚਾਹੇ ਉਹ ਧੀਰਮੱਲ ਹੋਵੇ, ਚਾਹੇ ਉਹ ਪ੍ਰਿਥਵੀ ਚੰਦ ਹੋਣ, ਠੀਕ ਹੈ, ਜਿੰਨੇ ਵੀ ਇਹ ਸਾਰੇ ਪ੍ਰਿਥਵੀ ਵਰਗੇ ਜੋ ਸਾਰੇ ਇੱਕ ਐਂਟੀ ਜਿਹੜੀ ਹੈਗੀ ਆ ਗੁਰਤਾ ਗੱਦੀ ਦੇ ਭਾਵਨਾ ਚਲਾਉਂਦੇ ਆ, ਵਿਅਕਤ ਕਰਦੇ ਨੇ, ਉਹਨਾਂ ਦੇ ਦੌਰਾਨ ਜਾਂ ਉਹਨਾਂ ਦੇ ਖਾਸ ਕਰਕੇ ਮਿਹਰਬਾਨ ਦੇ ਦੁਆਰਾ ਵੱਡੇ ਪੱਧਰ 'ਤੇ ਉਹ ਬਾਣੀਆਂ ਦੀਆਂ ਰਚਨਾਵਾਂ ਜਿਹੜੀਆਂ ਕੀਤੀਆਂ ਗਈਆਂ। ਸੋ ਇਸ ਕਰਕੇ ਵਿਦਵਾਨ ਨੇ ਜਿਹੜੇ ਇਹਨਾਂ ਕੁਛ ਬਾਣੀਆਂ ਦੇ ਉੱਪਰ ਹੈ ਜਿਹੜਾ ਹੈਗਾ ਉਹਨਾਂ ਦਾ ਵਾਦ ਵਿਵਾਦ ਹੈ ਕਿ ਉਹ ਗੁਰੂ ਨਾਨਕ ਦੇਵ ਜੀ ਨੂੰ
ਦੀਆਂ ਬਾਣੀਆਂ ਨਹੀਂ ਮੰਨੀਆਂ ਜਾਂਦੀਆਂ, ਕਿਉਂਕਿ ਉਹ ਬਾਣੀਆਂ ਉਪਰੋਕਤ ਬਾਣੀਆਂ ਜਿਹੜੀਆਂ ਆਪਾਂ ਕਰਕੇ ਹਟੇ ਹਾਂ ਇਹਨਾਂ ਦੇ ਲੈਵਲ ਦੀਆਂ ਨਹੀਂ ਆ, ਉਹਨਾਂ ਦਾ ਦਰਜਾ ਇਹਨਾਂ ਦੇ ਲੈਵਲ ਦਾ ਨਹੀਂ ਆ। ਇਸ ਕਰਕੇ ਇਹ ਬਾਣੀ ਨੂੰ ਜਿਹੜਾ ਹੈਗਾ ਜੀ ਆਪਣੇ ਧਰਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਜਾਂ ਕਹਿ ਲਓ ਕਿ ਪਰੰਪਰਾਵਾਂ ਦੇ ਵਿੱਚ ਕੱਚੀ ਬਾਣੀ ਦਾ ਨਾਂ ਦਿੱਤਾ ਜਾਂਦਾ, ਅਪ੍ਰਮਾਣਿਕ ਬਾਣੀ ਹੈ ਇਹ, ਠੀਕ ਹੈ। ਇਹਦਾ ਵਾਦ ਵਿਵਾਦ ਵਾਲੀ ਬਾਣੀ ਕਿ ਕਿਸ ਦੀ ਰਚਨਾ ਹੈ। ਸੋ ਮੋਸਟਲੀ ਇਹ ਜਿਹੜੇ ਉਸ ਟਾਈਮ 'ਤੇ ਗੁਰੂ ਤਖ਼ਤ ਗੱਦੀ ਦੇ ਚਾਹਵਾਨ, ਜਿਨ੍ਹਾਂ ਨੂੰ ਗੁਰੂ ਤਖ਼ਤ ਗੱਦੀ ਨਹੀਂ ਮਿਲੀ, ਉਹਨਾਂ ਨੇ ਰਚਨਾਵਾਂ ਲਿਖ ਕੇ ਇੱਕ ਬਰਾਬਰ ਦਾ ਦਾਇਰਾ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਅਪ੍ਰਮਾਣਿਕ ਨੇ, ਵਿਦਵਾਨਾਂ ਨੇ ਉਹਨਾਂ ਨੂੰ ਅਪ੍ਰਮਾਣਿਕ ਕੀਤਾ ਕਰਕੇ ਇਹਨਾਂ ਨੂੰ ਕੱਚੀ ਬਾਣੀ ਦਾ ਨਾਂ ਦਿੱਤਾ ਜਾਂਦਾ ਜੀ। ਅੱਗੇ ਚੱਲਦੇ ਹਾਂ ਜੀ, ਜਪ ਸਾਹਿਬ। ਜਪ ਸਾਹਿਬ ਦੇ ਵਿੱਚ ਦੇਖੋ ਜੀ, ਸਿੱਖ ਧਰਮ ਦੀ ਕੇਂਦਰੀ ਬਾਣੀ ਇਹ ਹੈ, ਸੈਂਟਰਲਾਈਜੇਸ਼ਨ ਹੈ ਜਿਹੜੀ ਪੂਰੀ ਸਿੱਖਇਜ਼ਮ ਦੀ, ਉਹ ਇਸ ਬਾਣੀ 'ਤੇ ਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਅੰਕਿਤ ਹੋਈ ਹੈ, ਇਹ ਕਿਸੇ ਰਾਗ ਵਿਸ਼ੇਸ਼ ਵਿੱਚ ਨਹੀਂ ਰਚੀ ਗਈ। ਇਸ ਦੀਆਂ ਕੁੱਲ 38 ਪੌੜੀਆਂ ਹਨ। ਆਰੰਭ ਅਤੇ ਅੰਤ ਵਿੱਚ ਇੱਕ ਇੱਕ ਸਲੋਕ ਹੈ। ਸਭ ਤੋਂ ਉੱਪਰ ਮੰਗਲਾਚਰਨ ਦੇ ਰੂਪ ਵਿੱਚ ਇੱਕ ਧੁੱਕ ਆਉਂਦੀ ਹੈ ਜੋ ਪਰਮਾਤਮਾ ਦੇ ਸਰੂਪ ਨੂੰ ਬਿਆਨ ਕਰਦੀ ਹੈ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਮੈ ਗੁਰ ਪ੍ਰਸ਼ਾਦ। ਸੋ ਇਹ ਇੱਥੋਂ ਜਿਹੜੀ ਹੈਗੀ ਹੈ ਰਚਨਾ ਸ਼ੁਰੂ ਹੁੰਦੀ ਹੈ। ਸੋ ਮੂਲ ਮੰਤਰ ਦੇ ਨਾਮ ਨਾਲ ਆਪਾਂ ਇਹਨੂੰ ਜਾਣਦੇ ਹਾਂ, ਇਸ ਬਾਣੀ ਨੂੰ। ਇਸ ਬਾਣੀ ਦੇ ਵਿੱਚ ਜਿਹੜਾ ਹੈਗਾ ਜੀ, ਗੁਰੂ ਸਾਹਿਬ ਨੇ ਦਰਸਾਇਆ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਕੇਵਲ ਨਾਮ ਸਿਮਰਨ ਦੁਆਰਾ ਹੁੰਦੀ ਹੈ ਅਤੇ ਉਹ ਹੋਰ ਕਿਸੇ ਚਤੁਰਾਈ, ਜਪ ਤਪ ਜਾਂ ਕਰਮ ਕਾਂਡ ਦੇ ਦੁਆਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਨੂੰ ਕਿਸੇ ਚਤੁਰਾਈ ਦੇ ਨਾਲ, ਜਪ ਤਪ ਜਾਂ ਕੋਈ ਵੀ ਕਰਮ ਕਾਂਡ ਝੂਠੇ ਡੰਬਰ ਕਰਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜੇ ਵਿਅਕਤੀ ਏਕਾਗ੍ਰਿਤ ਚਰਿਤ ਹੋ ਕੇ, ਮਤਲਬ ਇੱਕ ਮਨ ਦੇ ਨਾਲ ਅਤੇ ਇੱਕ ਚਿੱਤ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਨਾਮ ਸਿਮਰਨ ਕਰਦੇ ਹਨ, ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਕਹਿੰਦੇ ਹੋ ਜਾਂਦੀ ਹੈ। ਉਹਨਾਂ ਦੀ ਸੰਗਤ ਦੇ ਵਿੱਚ ਰਹਿਣ ਵਾਲੇ ਹੋਰ ਲੋਕਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਜਿੰਨੀ ਨਾਮ ਤੇ ਆਇਆ ਗਏ ਮਸਕ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਆਦਿ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਜਿਹੜੇ ਹੈਗੇ ਆ ਜੀ ਉਹ ਦਰਜ ਹੈ। ਸੋ ਅੱਗੇ ਚੱਲਦੇ ਹਾਂ ਜੀ, ਸਿੱਧ ਗੋਸ਼ਟ। ਸਿੱਧ ਗੋਸ਼ਟ ਜਿਹੜੀ ਰਚਨਾ ਜੀ, ਇਹ ਰਾਗ ਰਾਮਕਾਲੀ ਦੇ ਵਿੱਚ ਉਚਾਰੀ ਗਈ ਹੈ। ਇਸ ਰਚਨਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਨਾਥ ਜੋਗੀਆਂ ਨਾਲ ਸੰਵਾਦ ਹੈ ਜਿਹੜਾ ਉਹ ਕੀਤਾ ਸੀਗਾ। ਸੋ ਨਾਥ ਜੋਗੀਆਂ ਦੇ ਨਾਲ ਜੋ ਵਿਚਾਰ ਚਰਚਾ ਹੋਈ, ਉਹਨੂੰ ਜਦੋਂ ਗੁਰੂ ਜੀ ਨੇ ਸ਼ਬਦ ਰੂਪੀ ਉਚਾਰਿਆ, ਬਿਆਨ ਕੀਤਾ ਤਾਂ ਲਿਖਿਆ ਗਿਆ, ਤਾਂ ਸਿੱਧ ਗੋਸ਼ਟ ਦੇ ਨਾਂ ਨਾਲ ਉਸ ਬਾਣੀ ਦਾ ਨਾਮ ਹੈ ਜਿਹੜਾ ਉਹ ਪ੍ਰਚਲਿਤ ਹੈ। ਸੋ ਗੁਰੂ ਸਾਹਿਬ ਨੇ ਆਪਣੀ ਦੂਜੀ ਉਦਾਸੀ ਦੇ ਸਮੇਂ ਸੁਮੇਰ ਪਰਬਤ ਦੇ ਉੱਪਰ ਰਹਿਣ ਵਾਲੇ ਸਿੱਧ ਜੋਗੀਆਂ ਨੂੰ ਇੱਥੇ ਉਹ ਮਿਲਦੇ ਨੇ, ਅਤੇ ਸਿੱਧ ਉਹ ਵਿਅਕਤੀ ਹੁੰਦਾ ਹੈ ਜਿਸ ਨੇ ਪ੍ਰਮਾਣਿਕ ਕਰਮ ਕਰਕੇ ਆਪਣੇ ਜੀਵਨ ਨੂੰ ਸਿੱਧ ਕਰ ਦਿੱਤਾ ਹੋਵੇ। ਸਿੱਧੀਆਂ ਦੀ ਪ੍ਰਾਪਤੀ ਕਰਨ ਵਾਲੇ ਵਿਅਕਤੀ ਨੂੰ ਹੀ ਸਿੱਧ ਕਿਹਾ ਜਾਂਦਾ ਹੈ। ਸਿੱਧ ਲੋਕ ਆਪਣੇ ਘਰ ਬਾਰ ਅਤੇ ਪਰਿਵਾਰਕ ਜੀਵਨ ਦਾ ਤਿਆਗ ਕਰ ਦਿੰਦੇ ਹਨ, ਪਰ ਗੁਰੂ ਸਾਹਿਬ ਉਹਨਾਂ ਦੀ ਇਸ ਧਾਰਨਾ ਦੇ ਨਾਲ ਸਹਿਮਤ ਨਹੀਂ ਸਨ। ਗੁਰੂ ਸਾਹਿਬ ਦੀ ਧਾਰਨਾ ਸੀ ਕਿ ਮਨੁੱਖ ਇਸ ਜਗਤ ਵਿੱਚ ਰਹੇ, ਰੋਜ਼ਾਨਾ ਕਾਰ ਵਿਹਾਰ ਅਤੇ ਜੀਵਨ ਧੰਦਿਆਂ ਦੇ ਵਿੱਚ ਹਿੱਸਾ ਲਵੇ, ਮਤਲਬ ਉਹਨੂੰ ਗ੍ਰਹਿਸਥ ਜੀਵਨ ਵੀ ਜਿਉਣਾ ਚਾਹੀਦਾ ਹੈ, ਉਹਨੂੰ ਕੰਮ ਕਾਰ ਵੀ ਕਰਨੇ ਚਾਹੀਦੇ ਨੇ, ਅਤੇ ਨਾਲ ਦੀ ਨਾਲ ਜਿੰਨੇ ਵੀ ਪਰਿਵਾਰਕ ਉਹਦੇ ਟਾਸਕ ਨੇ, ਜਿਨ੍ਹਾਂ ਦੇ ਲਈ ਉਹਨੇ ਆਪਣੇ ਬੱਚਿਆਂ ਦਾ, ਆਪਣੇ ਘਰ ਪਰਿਵਾਰ, ਮਾਂ ਬਾਪ ਜਾਂ ਆਪਣਾ ਪਾਲਣ ਪੋਸ਼ਣ ਕਰਨਾ, ਉਹ ਵੀ ਉਹਨੂੰ ਕਰਨਾ ਕਰਦੇ ਰਹਿਣਾ ਚਾਹੀਦਾ, ਅਤੇ ਪਰਮਾਤਮਾ ਦਾ ਨਾਮ ਵੀ ਜਪਣਾ ਚਾਹੀਦਾ। ਇਹ ਫੈਕਟ ਗੁਰੂ ਜੀ ਨੇ ਆਪਣੀ ਮੋਸਟਲੀ ਸਾਰੀ ਜਿਹੜੀਆਂ ਯਾਤਰਾਵਾਂ ਸੀ ਉਹਨਾਂ ਦੇ ਦੌਰਾਨ ਲੋਕਾਂ ਤੱਕ ਪਹੁੰਚਾਇਆ, ਲੋਕਾਂ ਨੂੰ ਸਮਝਾਇਆ ਕਿ ਕਿੱਤਾ ਮੁਖੀ ਹੋ ਕੇ, ਕਿੱਤਾਕਾਰੀ ਹੋ ਕੇ ਸਾਨੂੰ ਨਾਲ ਦੀ ਨਾਲ ਜਿਹੜਾ ਹੈਗਾ ਦੁਨਿਆਵੀ ਅਤੇ ਨਾਲ ਦੀ ਨਾਲ ਅਧਿਆਤਮਿਕ ਜਿਹੜੀ ਹੈਗੀ ਹੈ
ਬਾਣੀ ਹੈ ਜਿਹੜੀ ਅਧਿਆਤਮਿਕ, ਉਹਦਾ ਵੀ ਸਿਮਰਨ ਕਰਕੇ ਆਪਣੀ ਨਿੱਜੀ ਨਿੱਜਤਾ ਦੇ ਵਿੱਚ ਢਾਲ ਕੇ ਆਪਣੀ ਜਿਹੜੇ ਨਿੱਜੀ ਕੰਮ ਨੇ ਜਾਂ ਨਿੱਜੀ ਜ਼ਿੰਦਗੀ ਹੈ ਉਹਨੂੰ ਜਿਉਣਾ ਚਾਹੀਦਾ। ਇਹਦੇ ਨਾਲ ਜੀਵਨ ਹੈ ਜਿਹੜਾ ਉਹ ਸਫਲ ਹੋਵੇਗਾ ਅਤੇ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਮੋਸਟਲੀ ਗੁਰੂ ਜੀ ਦਾ ਇਹ ਇੱਕ ਜੇ ਆਪਾਂ ਕਹੀਏ ਕਿ ਸਾਰੇ ਤਰ੍ਹਾਂ ਦੇ ਨਾਲ ਇਹ ਸੰਦੇਸ਼ ਸੀਗਾ ਜੀ ਗੁਰੂ ਜੀ ਦਾ। ਸੋ ਇਸੇ ਤਰ੍ਹਾਂ ਹੀ ਉਹਨਾਂ ਨੇ ਇਹ ਜੀਵਨ ਧੰਦਿਆਂ ਦੇ ਵਿੱਚ ਹਿੱਸਾ ਲੈਣ ਦੇ ਲਈ ਪ੍ਰੇਰਿਆ, ਪਰ ਇਸ ਦੇ ਝਮੇਲਿਆਂ ਦੇ ਵਿੱਚ ਹੀ ਗਲਤਾਨ ਹੋ ਕੇ ਨਾ ਰਹਿ ਜਾਵੇ। ਸਿੱਧ ਗੋਸ਼ਟ ਰਾਹੀਂ ਗੁਰੂ ਸਾਹਿਬ ਨੇ ਸੱਚੇ ਯੋਗ ਦਾ ਪਾਠ ਰਚਿਆ ਹੈ, 73 ਪੌੜੀਆਂ ਦੇ ਵਿੱਚ ਰਚੀ ਇਸ ਬਾਣੀ ਵਿੱਚ ਨਾਟਕੀ ਸੰਵਾਦ ਵੀ ਹੈ, ਸਹਿਜ ਜੀਵਨ ਸੰਬੰਧੀ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ। ਸੋ ਦੇਖੋ ਜੀ, ਸਿੱਧ ਗੋਸ਼ਟ ਹੈ ਜਿਹੜੀ ਮੋਸਟਲੀ ਇਹਦੇ ਵਿੱਚ ਧਿਆਨ ਦੇਣ ਵਾਲੀਆਂ ਗੱਲਾਂ ਨੇ ਸਾਡੇ ਕਿ ਸਿੱਧ ਅਤੇ ਯੋਗੀਆਂ ਦੇ ਨਾਲ ਜੋ ਵਿਚਾਰ ਵਿਮਰਸ਼ ਵਾਦ ਵਿਵਾਦ ਗੁਰੂ ਜੀ ਦਾ ਸੰਵਾਦ ਹੋਇਆ ਉਹਦੇ ਨਾਲ ਰਿਲੇਟਡ ਬਾਣੀ ਹੈ ਜੀ। ਅਤੇ ਇਹਦੀ ਰਚਨਾ ਜਿਹੜੀ ਉਹ 73 ਪੌੜੀਆਂ ਦੇ ਵਿੱਚ ਕੀਤੀ ਗਈ ਹੈ, ਅਤੇ ਸਹਿਜ ਜੀਵਨ ਦੇ ਵਿੱਚ ਸੰਬੰਧਿਤ ਇਹਨਾਂ ਦੀਆਂ ਟਿੱਪਣੀਆਂ ਜਿਹੜੀਆਂ ਕੀਤੀਆਂ ਗਈਆਂ ਨੇ। ਸਿੱਧਾਂ ਦੇ ਵਾਂਗ ਘਰ ਬਾਰ ਤਿਆਗ ਕੇ ਪਹਾੜਾਂ ਦੇ ਵਿੱਚ ਚਲੇ ਜਾਣਾ ਜਾਂ ਆਪਣੇ ਆਪ ਨੂੰ ਦੁਨਿਆਵੀ ਕੰਮਾਂ ਤੋਂ ਪਾਸੇ ਕਰ ਲੈਣਾ, ਨਿੱਜੀ ਜ਼ਿੰਦਗੀ ਜਾਂ ਨਿੱਜੀ ਕਾਰ ਵਿਹਾਰ ਸਾਰੀਆਂ ਜਿਹੜੀਆਂ ਹੈਗੀਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਉਹਨਾਂ ਤੋਂ ਭੱਜ ਕੇ ਇੱਕ ਪਾਸੇ ਚਲੇ ਜਾਣਾ, ਇਹ ਸਹੀ ਤਰੀਕਾ ਨਹੀਂ ਹੈ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ। ਉਸ ਜ਼ਿੰਦਗੀ ਦੇ ਵਿੱਚ ਰਹਿ ਕੇ ਆਪਣੇ ਸਾਰੇ ਜੀਵਨ ਧੰਦਿਆਂ ਦੇ ਵਿੱਚ ਹਿੱਸਾ ਲੈ ਕੇ ਮਨੁੱਖ ਨੂੰ ਜਿਹੜਾ ਹੈਗਾ ਪਰਮਾਤਮਾ ਦਾ ਨਾਮ ਜਾਂ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਇਹੀ ਸੱਚਾ ਯੋਗ ਹੈ, ਇਹੀ ਇੱਕ ਸੱਚੀ ਮਿਹਨਤ ਹੈ ਜੋ ਪਰਮਾਤਮਾ ਦੀ ਪ੍ਰਾਪਤੀ ਦੇ ਵਾਲੇ ਪਾਸੇ ਵੱਲ ਜਿਹੜਾ ਹੈਗਾ ਮਨੁੱਖ ਨੂੰ ਲਿਜਾ ਸਕਦੀ ਹੈ। ਸੋ ਅੱਗੇ ਚੱਲਦੇ ਹਾਂ ਜੀ। ਓਂਕਾਰ, ਓਂਕਾਰ ਇਸ ਬਾਣੀ ਨੂੰ ਦੱਖਣੀ ਓਂਕਾਰ ਵੀ ਕਿਹਾ ਜਾਂਦਾ ਹੈ, ਦੱਖਣੀ ਓਂਕਾਰ ਵੀ ਕਿਹਾ ਜਾਂਦਾ ਹੈ। ਇਸ ਬਾਣੀ ਦੇ ਕੁੱਲ 54 ਬੰਦ ਹਨ। ਇਸ ਵਿੱਚ 52 ਅੱਖਰੀ ਸ਼ੈਲੀ ਦਾ ਪ੍ਰਯੋਗ ਕੀਤਾ ਗਿਆ ਜੀ। ਪੁਆਇੰਟਾਂ ਨੂੰ ਨੋਟ ਕਰੀ ਜਾਇਓ। ਪਹਿਲੇ ਬੰਦ ਦੇ ਵਿੱਚ ਪ੍ਰਸਤਾਵਨਾ ਹੈ ਅਤੇ ਆਖਰੀ ਬੰਦ ਦੇ ਵਿੱਚ ਨਿਸ਼ਕਸ਼ ਜਿਹੜਾ ਹੈਗਾ ਸਿੱਟਾ ਉਹ ਕੱਢਿਆ ਗਿਆ ਹੈ। ਬਾਕੀ ਦੇ 52 ਬੰਦ ਦੇਵਨਾਗਰੀ ਅਤੇ 52 ਵਰਣਾ ਰਾਹੀਂ ਮਨੁੱਖੀ ਜੀਵਨ ਦੇ ਪਰਮ ਸੱਚ ਨੂੰ ਬਿਆਨ ਕਰਦੇ ਹਨ। ਭਾਈ ਕਾਨ ਸਿੰਘ ਨਾਭਾ ਅਨੁਸਾਰ ਇਹ ਬਾਣੀ ਗੁਰੂ ਸਾਹਿਬ ਦੀ ਪਹਿਲੀ ਉਦਾਸੀ ਨਾਲ ਸੰਬੰਧਿਤ ਹੈ। ਜਦੋਂ ਉਹਨਾਂ ਨੇ ਮਾਨਦਾਤਾ ਦੀਪ ਦੇ ਵਿੱਚ ਸਥਿਤ ਓਂਕਾਰ ਮੰਦਰ ਦੀ ਯਾਤਰਾ ਕੀਤੀ ਸੀ, ਇਸ ਬਾਣੀ ਵਿੱਚ ਪਾਂਡਿਆਂ ਜਾਂ ਪਾਂਧਿਆਂ ਨੂੰ ਉਪਦੇਸ਼ ਦਿੱਤਾ ਸੀ। ਸੋ ਦੇਖੋ ਜੀ, ਓਂਕਾਰ ਬਾਣੀ ਦਾ ਦੂਜਾ ਨਾਮ ਹੈ ਜਿਹੜਾ ਉਹ ਦੱਖਣੀ ਓਂਕਾਰ ਹੈ। ਪੁਆਇੰਟ ਨੂੰ ਧਿਆਨ 'ਚ ਰੱਖਿਓ, ਇਹਦੇ 54 ਬੰਦ ਨੇ, ਇਹਨੂੰ ਵੀ ਧਿਆਨ 'ਚ ਰੱਖਿਓ। 52 ਅੱਖਰੀ ਸ਼ੈਲੀ ਦਾ ਇਹਦੇ ਵਿੱਚ ਪ੍ਰਯੋਗ ਕੀਤਾ ਗਿਆ ਹੈ। ਪ੍ਰਸਤਾਵਨਾ ਜਿਹੜੀ ਹੈਗੀ ਹੈ ਉਹ ਪਹਿਲੇ ਬੰਦ ਦੇ ਵਿੱਚ ਹੈ, ਆਖਰੀ ਬੰਦ ਦੇ ਵਿੱਚ ਇਹਦਾ ਸਿੱਟਾ ਜਾਂ ਨਿਸ਼ਕਸ਼ ਕੱਢਿਆ ਗਿਆ। ਜਿਹੜੇ ਸੈਂਟਰ ਵਾਲੇ 52 ਬੰਦ ਨੇ ਉਹਨਾਂ ਦੇ ਵਿੱਚ ਦੇਵਨਾਗਰੀ 52 ਵਰਣਾਂ ਦੇ ਰਾਹੀਂ ਮਨੁੱਖ ਨੂੰ ਧਰਮ ਜਾਂ ਕਹਿ ਲਓ ਕਿ ਪਰਮ ਸੱਚ ਜਿਹੜਾ ਹੈਗਾ ਬਿਆਨ ਕੀਤਾ ਗਿਆ, ਅਤੇ ਇਸ ਨੂੰ ਪਹਿਲੀ ਉਦਾਸੀ ਨਾਲ ਸੰਬੰਧਿਤ ਦੱਸਣ ਵਾਲੇ ਭਾਈ ਕਾਨ ਸਿੰਘ ਨਾਭਾ ਜੀ ਹਨ। ਸੋ ਇਹਦਾ ਇੱਕ ਜਿਹੜਾ ਹੈਗਾ ਸ਼ਬਦ ਦੇਖੋ ਜੀ, ਉਪਦੇਸ਼ ਦੇ ਵਿੱਚ ਕੀ ਕਹਿੰਦੇ ਨੇ ਗੁਰੂ ਜੀ। ਸੁਣ ਪਾਂਡੇ ਕੀਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਪਾਂਦਾ ਪੜਿਆ ਆਖੀਐ ਵਿਦਿਆ ਵਿਚਾਰੇ ਸਹਿਜ ਸੁਭਾਏ, ਵਿਦਿਆ ਸੋਧੈ ਤਤ ਲਹੈ ਰਾਮ ਨਾਮ ਲਿਭ ਲਾਏ। ਸੋ ਅੱਗੇ ਚੱਲਦੇ ਹਾਂ ਜੀ। ਪੱਟੀ, ਜਿਹੜੀ ਪੱਟੀ ਹੈ ਜੀ, ਇਹਦੇ ਵਿੱਚ ਆਸਾ ਰਾਗ ਦੇ ਵਿੱਚ ਲਿਖੀ ਗਈ ਹੈ। ਇਹਦਾ ਰਾਗ ਨੋਟ ਕਰ ਲਿਓ ਜੀ, ਆਸਾ ਹੈ। ਗੁਰਮੁਖੀ ਵਰਨਮਾਲਾ ਦੇ 35 ਅੱਖਰਾਂ ਵਾਂਗ ਇਸ 'ਤੇ 35 ਪਦੇ ਹਨ। ਇਹਨਾਂ ਪਦਿਆਂ ਦੇ ਵਿੱਚ ਪਰਮਾਤਮਾ ਦੇ ਜਸ ਅਤੇ ਮਹਿਮਾ ਦਾ ਵਖਾਣ ਕੀਤਾ ਗਿਆ ਹੈ।
ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਾਰੀ ਸ੍ਰਿਸ਼ਟੀ ਹੀ ਦੀ ਰਚਨਾ ਕਰਨ ਵਾਲੇ ਪਰਮਾਤਮਾ ਹੀ ਹਨ। ਸ੍ਰਿਸ਼ਟੀ ਦੇ ਵਿੱਚ ਉਸੇ ਦਾ ਹੁਕਮ ਚੱਲਦਾ ਹੈ, ਉਹ ਹਰ ਥਾਂ ਵਿਦਮਾਨ ਹੈ, ਵਿਰਾਜਮਾਨ ਹੈ। ਵਿਅਰਥ ਦੇ ਧੰਦੇ ਛੱਡ ਕੇ ਮਨੁੱਖ ਨੂੰ ਉਸਦੀ ਸ਼ਰਨ ਦੇ ਵਿੱਚ ਚਲੇ ਜਾਣਾ ਚਾਹੀਦਾ ਹੈ। ਇਸ ਬਾਣੀ ਦਾ ਕੇਂਦਰੀ ਸੰਦੇਸ਼ ਦਿੰਦੇ ਹੋਏ ਗੁਰੂ ਸਾਹਿਬ ਲਿਖਦੇ ਹਨ ਕਿ ਮਨ ਕਾਹੇ ਭੁੱਲੈ ਮੁੜ ਮਨਾ, ਜਬ ਲੇਖਾ ਦੇਵੈ ਵੀਰਾ ਤੋ ਪੜਿਆ। ਸਲੋਕ ਮਹਲਾ ਪਹਿਲਾ ਰਹਾਓ। ਸੋ ਇਸ ਦੇ ਵਿੱਚ ਦੇਖੋ ਜੀ, ਬਾਣੀ ਦੇ ਵਿੱਚ ਦੋ ਦੋ ਪੰਕਤੀਆਂ ਦੇ ਸਲੋਕ ਹੈ ਜਿਹੜੇ, ਜਾਂ ਕਹਿ ਲਓ ਕਿ ਦੋਹਿਆਂ ਦੇ ਵਿੱਚ ਗੁਰੂ ਸਾਹਿਬ ਨੇ ਅੱਖਰ ਗਿਆਨ ਅਤੇ ਅਧਿਆਤਮਿਕ ਗਿਆਨ ਦੇ ਆਪਸੀ ਸੰਬੰਧਾਂ ਬਾਰੇ ਚਰਚਾ ਕੀਤੀ ਹੈ। ਮਾਤਰ ਇੱਕ ਛੰਦ ਦੇ ਵਿੱਚ ਰਚੀ ਇਸ ਬਾਣੀ ਦੇ ਵਿੱਚ 30 ਮਾਤਾਵਾਂ ਉੱਪਰ ਵਿਸ਼ਰਾਮ ਆਉਂਦਾ ਹੈ। ਇਉਂ ਇਹ ਛੰਦ ਦਵਿਆ ਪ੍ਰਤੀਤ ਹੁੰਦਾ ਹੈ, ਭਾਵੇਂ ਕਿਧਰੇ ਕਿਧਰੇ ਗੁਰੂ ਸਾਹਿਬ ਨੇ ਮਾਤਾਵਾਂ ਦੇ ਵਿੱਚ ਕੁਝ ਖੁੱਲ੍ਹ ਵੀ ਲੈ ਲਈ ਹੈ। ਇਸ ਰਚਨਾ ਦੀ ਇੱਕ ਬੰਨਗੀ ਹੈ ਜਿਹੜੀ ਉਹ ਹੋਰ ਦੇਖ ਸਕਦੇ ਹੋ। ਆਇੜਾ ਆਪ ਕਰੈ ਜਿਨ ਛੋੜੀ, ਜੋ ਕਿਛੁ ਕਰਨਾ ਸੋ ਕਰ ਰਿਹਾ, ਕਰੈ ਕਰਾਏ ਸਭ ਕਿਛੁ ਜਾਣੈ, ਨਾਨਕ ਸਾਇਰ ਇਵ ਕਹਿਆ। ਸੋ ਦੇਖੋ ਜੀ, ਇਹ ਜਿਹੜਾ ਹੈਗਾ ਇੱਕ ਰਚਨਾ ਦੀ ਬੰਨਗੀ ਹੈ, ਇੱਕ ਨਮੂਨਾ ਗੁਰੂ ਸਾਹਿਬ ਜੀ ਦੀ ਰਚਨਾ ਦੇ ਵਿੱਚ ਜਿਹੜਾ ਹੈਗਾ ਛੰਦਬੰਦੀ ਅਤੇ ਦਵਿਆਂ ਦੇ ਨਾਲ ਸੰਬੰਧਿਤ। ਬਾਰਾਂਮਾਹ ਤੁਖਾਰੀ ਭਾਰਤੀ ਕਾਵਿ ਦੇ ਵਿੱਚ ਬਾਰਾਂਮਾਹ ਇੱਕ ਪ੍ਰਮੁੱਖ ਰੂਪ ਆਕਾਰ ਹੈ। ਇਸ ਕਾਵਿ ਰੂਪ ਦੇ ਵਿੱਚ ਸਾਲ ਦੇ ਦੇਸੀ ਮਹੀਨਿਆਂ ਦੇ ਨਾਵਾਂ ਨੂੰ ਕਾਵਬੰਧਾਂ ਦੇ ਆਰੰਭ ਵਿੱਚ ਰੱਖ ਕੇ ਰੂਪ ਰਚਨਾ ਜਿਹੜੀ ਉਹ ਕੀਤੀ ਜਾਂਦੀ ਹੈ। ਇਹ ਬਿਰਹਾ ਕਾਵਿ ਹੈ। ਇਸ ਵਿੱਚ ਇੱਕ ਬਿਰਹਣ ਆਪਣੇ ਪ੍ਰੇਮੀ ਪਤੀ ਨੂੰ ਹਰ ਮਹੀਨੇ ਦੇ ਮੌਸਮ ਅਨੁਸਾਰ ਆਪਣੇ ਦਿਲ ਦੀ ਉਦਾਸੀ ਜਾਂ ਪੀੜ ਸੰਬੰਧੀ ਵਿਸ਼ੇਸ਼ ਜਿਹੜਾ ਹੈਗਾ ਜਾਂ ਉਹਦਾ ਸੰਦੇਸ਼ ਹੈ ਜਿਹੜਾ ਉਹ ਵਿਸ਼ੇਸ਼ ਰੂਪ ਦੇ ਵਿੱਚ ਭੇਜਦੀ ਹੈ। ਅਧਿਆਤਮਿਕ ਬਾਰਾਂਮਾਹਾਂ ਦੇ ਵਿੱਚ ਪ੍ਰਭੂ ਤੋਂ ਵਿਛੜੇ ਭਗਤ ਜਨ ਅਤੇ ਜਾਚਕ ਆਪਣੀ ਉਦਾਸੀ ਅਤੇ ਵੇਦਨਾ ਦਾ ਪ੍ਰਗਟਾਵਾ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਲੋਕ ਕਾਵਿ ਅਤੇ ਸੰਸਕ੍ਰਿਤ ਦੇ ਕਲਾਸਕੀ ਕਾਵਿ ਵਿੱਚ ਪ੍ਰਚਲਿਤ ਬਾਰਾਂਮਾਹਾਂ ਨੂੰ ਅਧਿਆਤਮਿਕ ਲੱਛਣ ਪ੍ਰਦਾਨ ਕਰ ਦਿੱਤੇ ਹਨ। ਪੁਰਾਤਨ ਜਨਮ ਸਾਖੀ ਅਨੁਸਾਰ ਗੁਰੂ ਸਾਹਿਬ ਨੇ ਬਾਰਾਂਮਾਹਾਂ ਤੁਖਾਰੀ ਦੀ ਰਚਨਾ ਆਪਣੇ ਅੰਤਮ ਸਮੇਂ ਕੀਤੀ ਸੀ, ਜੋ ਸਾਖੀਕਾਰ ਦੀ ਇੱਕ ਕਲਪਨਾ ਮਾਤਰ ਹੈ। ਇਸ ਬਾਣੀ ਦੇ 17 ਪਦੇ ਹਨ। ਪਹਿਲੇ 4 ਪਦਿਆਂ ਵਿੱਚ ਅਧਿਆਤਮਿਕ ਪ੍ਰੇਮ ਤੋਂ ਉਤਪੰਨ ਹੋਣ ਵਾਲੇ ਵਿਛੋੜੇ ਦੀ ਪ੍ਰਸਤਾਵਨਾ ਹੈ। ਅਗਲੇ 12 ਪਦਿਆਂ ਵਿੱਚ ਰਿਤੂ ਵਰਣਨ ਦੇ ਮਾਧਿਅਮ ਦੁਆਰਾ ਸਾਧਕ ਦੇ ਮਨ ਦੀ ਪੀੜਾ ਅਤੇ ਵਿਸ਼ਾਦ ਦਾ ਵਰਣਨ ਹੈ। 17ਵੇਂ ਪਦੇ ਦੇ ਵਿੱਚ ਨਿਸ਼ਕਾਸ਼ ਨਿਚੋੜ, ਜਿਹਨੂੰ ਆਪਾਂ ਸਿੱਟਾ ਕਹਿੰਦੇ ਹਾਂ, ਉਹ ਪੇਸ਼ ਕੀਤਾ ਗਿਆ ਜੀ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਾਰੇ ਮਹੀਨੇ ਦਿਨ ਅਤੇ ਰੁੱਤਾਂ ਭਲੀਆਂ ਅਤੇ ਸ਼ੁੱਭ ਹੁੰਦੀਆਂ ਹਨ। ਕੋਈ ਵੀ ਮਤਲਬ ਦਿਨ ਜਾਂ ਕੋਈ ਵੀ ਮਹੀਨਾ ਮਾੜਾ ਜਾਂ ਬੁਰਾ ਨਹੀਂ ਹੁੰਦਾ, ਜਿਵੇਂ ਕਿ ਉਸ ਟਾਈਮ 'ਤੇ ਪ੍ਰਾਪਤ ਅਡੰਬਰਾਂ ਦੇ ਮੁਤਾਬਕ, ਕਰਮਕਾਂਡਾਂ ਦੇ ਮੁਤਾਬਕ ਜਿਹੜਾ ਦਿਨਾਂ 'ਤੇ ਅਤੇ ਮਹੀਨਿਆਂ 'ਤੇ ਜਿਹੜਾ ਹੈਗਾ ਚੰਗੇ ਬੁਰੇ ਦੇ ਲੈਵਲ ਲਾ ਦਿੱਤੇ ਗਏ ਸੀਗੇ ਉਸ ਟਾਈਮ ਦੇ ਮਨੂਵਾਦ ਬ੍ਰਾਹਮਣਵਾਦ ਦੇ ਦੁਆਰਾ। ਪਰ ਗੁਰੂ ਜੀ ਨੇ ਇਸ ਨੂੰ ਨਕਾਰਿਆ ਅਤੇ ਉਹਨਾਂ ਨੇ ਕਿਹਾ ਕਿ ਬੇਦਸ ਮਹਾ ਰੁਤੀ ਥਿਤੀ ਵਾਰ ਪਲੈ, ਕੜੀ ਮੂਰਤ ਪਲ ਸਾਚਾ ਆਏ ਸਹਿਜ ਮਿਲੈ। ਸੋ ਆਸਾ ਦੀ ਵਾਰ ਦੀ ਗੱਲ ਕਰਦੇ ਹਾਂ ਜੀ। ਆਸਾ ਦੀ ਵਾਰ ਦੇ ਵਿੱਚ ਗੁਰੂ ਜੀ ਹੈ ਜਿਹੜੇ, ਉਹ ਆਪਣੇ ਸਮਕਾਲੀ ਸਮਾਜ ਦੇ ਧਾਰਮਿਕ ਅਤੇ ਸੱਭਿਆਚਾਰਕ ਅਡੰਬਰਾਂ ਦੀ ਆਲੋਚਨਾ ਕਰਦੇ ਹਨ। ਜੇ ਤੁਸੀਂ ਉਸ ਟਾਈਮ 'ਤੇ ਸਮਾਜਿਕ ਬੁਰਾਈਆਂ ਦੀ ਆਲੋਚਨਾ ਸਭ ਤੋਂ ਵੱਡੇ ਪੱਧਰ 'ਤੇ ਹੋਈ ਕਿਸੇ ਵੀ ਬਾਣੀ ਦੇ ਵਿੱਚ ਦੇਖਣਾ ਜਾਂ ਸੁਣਨਾ ਜਾਂ ਪੜ੍ਹਨਾ ਚਾਹੁੰਦੇ ਹੋ ਤਾਂ ਉਹ ਆਸਾ ਦੀ ਵਾਰ ਹੈ। ਆਸਾ ਦੀ ਵਾਰ ਦੇ ਵਿੱਚ ਵੱਡੇ ਪੱਧਰ 'ਤੇ ਧਾਰਮਿਕ, ਸੱਭਿਆਚਾਰਕ ਅਤੇ ਸਮਾਜਿਕ ਜੋ ਕਰਮਕਾਂਡ ਜਾਂ ਝੂਠੇ ਜੋ ਪ੍ਰਚਲਿਤ ਸੀਗੇ ਅਡੰਬਰ, ਉਹਨਾਂ ਸਾਰਿਆਂ ਦੀ ਆਲੋਚਨਾ ਉਹਨਾਂ ਨੇ ਗੁਰੂ ਜੀ ਨੇ ਇਸ ਬਾਣੀ ਦੇ ਵਿੱਚ ਕੀਤੀ ਹੈ। ਇਹ ਵਾਰ ਪੰਜਾਬ ਦੀ ਇੱਕ ਪ੍ਰਸਿੱਧ ਲੋਕ ਵਾਰ ਟੁੰਡੇ ਅਸਰਾਜੇ ਦੀ ਵਾਰ ਦੀ ਧੁਨੀ ਉੱਪਰ ਗਾਉਣ ਦਾ ਆਦੇਸ਼ ਹੋਇਆ ਹੈ।
ਇਸ ਦੀਆਂ 24 ਪੌੜੀਆਂ ਹਨ ਜੀ, ਅਤੇ ਵਿਆਖਿਆ ਦੀ ਖਾਤਰ ਵੱਖ ਵੱਖ ਪੌੜੀਆਂ ਦੇ ਨਾਲ 60 ਸਲੋਕ ਵੀ ਜੋੜੇ ਗਏ ਹਨ। ਇਸ ਵਾਰ ਵਿੱਚ ਵੀਰ ਰਸ ਦੀ ਨਿਸ਼ਕਤੀ ਕੀਤੀ ਗਈ ਹੈ, ਜੋ ਜੀਵਨ ਦੇ ਕਠੋਰ ਸੰਘਰਸ਼ ਦੇ ਵਿੱਚ ਮਨੁੱਖ ਦਾ ਉਤਸ਼ਾਹ ਬਣਿਆ ਰਹੇ। ਪ੍ਰਭੂ ਦੀ ਦਰਗਾਹ ਦੇ ਵਿੱਚ ਹੋਣ ਵਾਲੇ ਕਰਮਾਂ ਦੇ ਹਿਸਾਬ ਕਿਤਾਬ ਦੀ ਚੇਤਾਵਨੀ ਦਿੰਦੇ ਹੋਏ ਗੁਰੂ ਜੀ ਫਰਮਾਉਂਦੇ ਹਨ ਕਿ ਉੱਥੇ ਸੱਚਾ ਹੀ ਸੱਚ ਨਿਬੜੈ, ਚੁਣ ਵੱਖ ਕੜੈ ਜਮਾਲਿਆ, ਥਾਓ ਨਾ ਪਾਇਨ ਕੁੜੀਆਰ, ਮੋਹਿ ਕਾਲੇ ਦੋਜਕ ਚਾਲਿਆ। ਅੱਗੇ ਚੱਲਦੇ ਹਾਂ ਜੀ, ਮਾਝ ਦੀ ਵਾਰ। ਮਾਝ ਦੀ ਵਾਰ ਦੀਆਂ ਕੁੱਲ ਪੌੜੀਆਂ 27 ਹੈ ਜੀ, ਇਸ ਦੇ ਨਾਲ 46 ਸਲੋਕ ਆਏ ਹਨ। ਇਹ ਸਾਰੇ ਸਲੋਕ ਵੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹਨ। ਇਸ ਵਾਰ ਨੂੰ ਚੰਦੜਾ ਸੋਹਿਆ ਦੀ ਵਾਰ ਦੀ ਧੁਨੀ ਉੱਪਰ ਜਿਹੜਾ ਗਾਉਣ ਦਾ ਉਦੇਸ਼ ਹੋਇਆ ਹੈ। ਜਨਮ ਸਾਖੀ ਦੇ ਅਨੁਸਾਰ ਇਸ ਵਾਰ ਦੀ ਰਚਨਾ ਦੱਖਣ ਦੀ ਉਦਾਸੀ ਸਮੇਂ ਇੱਕ ਸਰੇਵੜੇ ਅਨੁਭਵੀ ਪ੍ਰਤੀ ਕੀਤੀ ਗਈ ਸੀ। ਇਸ ਵਾਰ ਦੇ ਵਿੱਚ ਗੁਰੂ ਸਾਹਿਬ ਨੇ ਆਪਣੇ ਯੁੱਗ ਦੀਆਂ ਸਮਾਜਿਕ, ਸੱਭਿਆਚਾਰਕ, ਰਾਜਨੀਤਿਕ ਸਥਿਤੀਆਂ ਦਾ ਸਜੀਵ ਅਤੇ ਸਪਸ਼ਟ ਚਿਤਰਨ ਕੀਤਾ ਹੈ। ਇਸ ਵਾਰ ਦੇ ਇੱਕ ਸਲੋਕ ਵਿੱਚ ਪਰਾਇਆ ਹੱਕ ਖਾਣ ਬਾਰੇ ਆਪ ਲਿਖਦੇ ਹਨ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ, ਗਲੀ ਪਿਸਤ ਨਾ ਜਾਈਐ ਛੁੱਟੈ ਸੱਚ ਕਮਾਏ, ਮਾਰਨ ਪਹਿ ਹਰਾਮ ਮਹਿ ਹੋਏ ਹਲਾਲ ਨਾ ਜਾਏ, ਨਾਨਕ ਗਲੀ ਕੁੜੀਏ ਕੁੜੋ ਪਲੈ ਪਾਏ। ਸੋ ਕਿਸੇ ਵੀ ਬਾਣੀ ਦੇ ਸ਼ਬਦ ਨੂੰ ਉਚਾਰਨ ਦੇ ਸਮੇਂ ਸ਼ਬਦਾਂ ਦੀ ਬਾਧ ਘਾਟ ਜਾਂ ਉਚਾਰਨ ਦੇ ਵਿੱਚ ਜੇ ਕੋਈ ਵਖਰੇਵਾਂ ਰਹਿ ਜਾਂਦਾ ਹੈ ਜਾਂ ਆਪ ਜੀ ਨੂੰ ਲੱਗਦਾ ਹੈ ਕਿ ਗਲਤ ਉਚਾਰਿਆ ਵਖਰੇਵਾਂ ਗਿਆ, ਤਾਂ ਆਪਣੇ ਜਿਹੜੇ ਹੈਗੇ ਆ ਗੁਰੂ ਦੇ ਨਿਦਾਨ ਜਿਹੜੇ ਸ਼ਰਧਾਲੂ ਸਮਝ ਕੇ ਮਾਫ਼ ਕਰਨਾ ਜੀ। ਸੋ ਪਰਮਾਤਮਾ ਜਾਂ ਈਸ਼ਵਰ ਸ਼ੁੱਧ ਉਚਾਰਨ ਦਾ ਬਲ ਬਖਸ਼ੇ। ਮਲਾਰ ਦੀ ਵਾਰ ਨੂੰ ਅੱਗੇ ਗੱਲ ਕਰਦੇ ਹਾਂ ਜੀ। ਮਲਾਰ ਦੀ ਵਾਰ, ਮਲਾਰ ਦੀ ਵਾਰ ਨੂੰ ਰਾਣੇ ਕੈਲਾਸ਼ ਤਥਾ ਮਾਲ ਦੇ ਦੀ ਧੁਨੀ ਉੱਪਰ ਗਾਉਣ ਦਾ ਆਦੇਸ਼ ਕੀਤਾ ਗਿਆ ਹੈ। ਇਸ ਵਾਰ ਦੀਆਂ ਕੁੱਲ 28 ਪੌੜੀਆਂ ਹਨ, ਜਿਨ੍ਹਾਂ ਦੇ ਨਾਲ ਸੰਕਲਿਤ ਸਲੋਕਾਂ ਦੇ ਵਿੱਚੋਂ 24 ਸਲੋਕ ਗੁਰੂ ਨਾਨਕ ਦੇਵ ਜੀ ਦੇ ਹਨ। ਡਾਕਟਰ ਰਤਨ ਸਿੰਘ ਜੱਗੀ ਇਸ ਵਾਰ ਦਾ ਵਿਸ਼ਲੇਸ਼ਣ ਕਰਦੇ ਹੋਏ ਲਿਖਦੇ ਹਨ ਕਿ ਇਸ ਵਾਰ ਦੇ ਵਿੱਚ ਕੁਰੀਤੀਆਂ ਅਤੇ ਜਰਜਰਿਤ ਪਰੰਪਰਾਵਾਂ ਦਾ ਤਿਆਗ ਕਰਕੇ ਵਾਸਤਵਿਕ ਧਰਮ ਦੇ ਵਿੱਚ ਲੀਨ ਹੋਣ ਦੀ ਭਾਵਨਾ ਨੂੰ ਪ੍ਰਗਟ ਕੀਤਾ ਗਿਆ ਹੈ। ਸਲੋਕਾਂ ਦੇ ਵਿੱਚ ਸਮਾਜਿਕ ਕੁਰੀਤੀਆਂ, ਰਾਜਨੀਤਿਕ ਅੱਤਿਆਚਾਰਾਂ ਅਤੇ ਆਰਥਿਕ ਵਿਖਮਤਾਵਾਂ ਪ੍ਰਤੀ ਗੁਰੂ ਨਾਨਕ ਦੇਵ ਜੀ ਲੋਚਨਾਤਮਕ ਸਵਰ ਉੱਭਰਦਾ ਹੈ। ਯੁੱਗ ਪ੍ਰਸਥਿਤੀਆਂ ਦਾ ਇੰਨਾ ਸਜੀਵ ਚਿਤਰਨ ਮੱਧਕਾਲੀਨ ਕਾਵਿ ਵਿੱਚ ਹੋਰ ਕਿਧਰੇ ਘੱਟ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦੀ ਜਿਹੜੀ ਵਿਚਾਰਧਾਰਾ ਇਸ ਵਾਰ ਵਿੱਚੋਂ ਗੁਰੂ ਸਾਹਿਬ ਦੇ ਜਲਾਲ ਦਾ ਇੱਕ ਅੰਦਾਜ਼ ਦੇਖੋ ਜੀ, ਕਿਸ ਤਰ੍ਹਾਂ ਦਾ ਉਹਨਾਂ ਦਾ ਅੰਦਾਜ਼ ਸੀ। ਰਾਜੇ ਸੀ ਮੁਕੱਦਮ ਕੁੱਤੇ, ਜਾਈ ਜਗਿਆਨ ਬੈਠੇ ਸੁੱਤੇ, ਚਾਕਰ ਠਹਿਤਾ ਠਹਿਤਾ ਪਾਇਨ ਕਾਓ, ਰਤ ਪਿਤੋ ਕੁਤੇ ਚੱਟ ਜਾਓ। ਇਹਨਾਂ ਲੰਬੀਆਂ ਬਿਰਤਾਂਤਕ ਬਾਣੀਆਂ ਤੋਂ ਬਿਨਾਂ ਥਿੱਤੀ ਪਹਿਰੇ ਸੋਦਰ ਅਲਾਉਣੀਆਂ ਆਰਤੀ ਕੁਚਜੀ ਸੁਚੱਜੀ ਅਸ਼ਟਪਦੀਆਂ ਛੰਦ ਸਲੋਕ ਸੋਹਲਿਆਂ ਦੇ ਵਿੱਚ ਗੁਰੂ ਜੀ ਨੇ ਦੀ ਕਾਵਿ ਕੀਰਤੀ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਗੁਰੂ ਨਾਨਕ ਦੇਵ ਜੀ ਨੂੰ ਕਾਵਿ ਕਰਮ ਦੇ ਨਾਲ ਬਹੁਤ ਲਗਾਓ ਸੀ, ਕਿਉਂਕਿ ਆਪ ਜਾਣਦੇ ਸਨ ਕਿ ਸਮਾਜਿਕ ਸੱਭਿਆਚਾਰਕ ਕ੍ਰਾਂਤੀ ਵਾਸਤੇ ਸਾਵ ਰਚਨਾ ਸਭ ਤੋਂ ਢੁੱਕਵਾਂ ਅਤੇ ਕਾਰਗਰ ਮਾਧਿਅਮ ਹੈ। ਇਹੀ ਕਾਰਨ ਹੈ ਕਿ ਆਪ ਬਾਰ ਬਾਰ ਆਪਣੇ ਆਪ ਨੂੰ ਸ਼ਾਇਰ ਜਾਂ ਢਾਡੀ ਪਦ ਨਾਲ ਰੂਪਮਾਨ ਕਰਦੇ ਹਨ। ਨਾਨਕ ਸ਼ਾਇਰ ਏਬ ਕਹਿਤ ਹੈ ਸੱਚੇ ਪਰਵਦਗਾਰਾ, ਅਲਹੂਣੀਆਂ ਕਿਸੇ ਵਿਅਕਤੀ ਦੀ ਮ੍ਰਿਤ ਸਮੇਂ ਗਾਏ ਜਾਣ ਵਾਲੇ ਲੋਕ ਗੀਤਾਂ ਦੀ ਇੱਕ ਬੰਨਗੀ ਹੈ।
ਗੁਰੂ ਸਾਹਿਬ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਦਾ ਸੰਕਲਪ ਪੇਸ਼ ਕਰਦੇ ਹਨ, ਇਸ ਕਾਰਨ ਮੌਤ ਉਹਨਾਂ ਵਾਸਤੇ ਕੋਈ ਸ਼ੋਕ ਸਮਾਚਾਰ ਨਹੀਂ ਹੈ। ਆਪ ਮੌਤ ਦੀ ਅਟਲਤਾ ਨੂੰ ਦ੍ਰਿੜਾਉਂਦੇ ਹੋਏ ਮ੍ਰਿਤਕ ਦੇ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੰਦੇ ਹਨ। ਬਹੁਤੇ ਲੋਕ ਮ੍ਰਿਤਕ ਲਈ ਇਸ ਕਾਰਨ ਵੀ ਰੋਂਦੇ ਹਨ ਕਿਉਂਕਿ ਉਸ ਦੇ ਮਰਨ ਨਾਲ ਉਹਨਾਂ ਦੇ ਆਰਥਿਕ ਸਰੋਤ ਆ ਜਿਹੜੇ ਉਹ ਸੁੱਕ ਜਾਂਦੇ ਆ, ਜਾਂ ਕਹਿ ਲਓ ਕਿ ਰੁਕ ਜਾਂਦੇ ਆ, ਜਾਂ ਮੁੱਕ ਜਾਂਦੇ ਆ, ਖਤਮ ਹੋ ਜਾਂਦੇ ਆ। ਅਜਿਹੇ ਰੋਣ ਪਿੱਟਣ ਨੂੰ ਆਪ ਉਚਿਤ ਨਹੀਂ ਸਮਝਦੇ। ਆਪ ਅਨੁਸਾਰ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵਾ ਲਾਏ ਪਿਆਰੋ, ਵਾਲੇਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਵਿਕਾਰੋ। ਕੁਚੱਜੀ ਸੁਚੱਜੀ ਅਧੀਨ ਗੁਰੂ ਸਾਹਿਬ ਦੇ ਦੋ ਸ਼ਬਦ ਰਾਗ ਸੂਹੀ ਦੇ ਵਿੱਚ ਆਏ। ਸ਼ਬਦਾਰਥਕਾਰ ਅਨੁਸਾਰ ਕੁਚੱਜੀ ਆਸਾਮ ਦੀ ਰਾਣੀ ਨੂਰ ਸ਼ਾਹ ਨੂੰ ਮੁਖਾਤਿਬ ਕਰਕੇ ਉਚਾਰਿਆ ਗਿਆ ਸੀ। ਗੁਰੂ ਸਾਹਿਬ ਦੇ ਅਨੁਸਾਰ ਕੁਚੱਜੀ ਇਸਤਰੀ ਹੈ ਜੋ ਗੁਣਹੀਣ ਹੋਣ ਕਰਕੇ ਆਪਣੇ ਪਤੀ ਨੂੰ ਨਹੀਂ ਪਾਉਂਦੀ, ਜਦੋਂ ਕਿ ਸੁਚੱਜੀ ਆਪਣੇ ਪਤੀ ਨੂੰ ਪਾਉਂਦੀ ਹੈ। ਇੱਕ ਹੋਰ ਸ਼ਬਦ ਗੁਣਵੱਤੀ ਦੇ ਵਿੱਚ ਗੁਣਵਾਨ ਅਤੇ ਸਿੱਧਕੀ ਸਿੱਖਾਂ ਦੀ ਮਹਿਮਾ ਦਾ ਉਲੇਖ ਹੋਇਆ ਹੈ। ਜੋ ਦੀਸੈ ਗੁਰਸਿੱਖੜਾ ਤਿਸ ਨੀਮ ਨਿਵ ਲਾਗੋ ਪਈ ਜੀਓ, ਆਖਾ ਵਿਰਥਾ ਜੀਏ ਕੀ ਗੁਰ ਸੱਜਣ ਦੇਹ ਮਿਲਾਏ ਜੀਓ। ਅੱਗੇ ਜੀ ਹੈ, ਗੁਰੂ ਨਾਨਕ ਦੇਵ ਜੀ ਨੇ ਗੁਰਮਤਿ ਕਾਵਧਾਰਾ ਦਾ ਵਿਚਾਰਧਾਰਕ ਸੰਕਲਪਗਤ ਪ੍ਰਪੇਖ ਸੁਨਿਸ਼ਚਿਤ ਕਰ ਦਿੱਤਾ ਸੀ। ਆਪ ਤੋਂ ਬਾਅਦ ਵਿੱਚ ਆਉਣ ਵਾਲੇ ਸਾਰੇ ਸਤਿਗੁਰ ਇਸ ਪ੍ਰਪੇਖ ਦੇ ਪਾਬੰਦ ਰਹੇ ਹਨ। ਪਰੰਪਰਾ ਅਤੇ ਵਿਅਕਤੀਗਤ ਪ੍ਰਤਿਭਾ ਦਾ ਜਿੰਨਾ ਸੁੰਦਰ ਸੁਮੇਲ ਗੁਰਮਤਿ ਕਾਵਧਾਰਾ ਦੇ ਵਿੱਚ ਦ੍ਰਿਸ਼ਟੀਗੋਚਰ ਹੁੰਦਾ ਹੈ, ਉਸ ਦੀ ਨਜ਼ੀਰ ਹੋਰ ਕਿਸੇ ਥਾਂ ਮਿਲਣੀ ਅਤਿਅੰਤ ਕਠਿਨ ਹੈ। ਗੁਰੂ ਨਾਨਕ ਦੇਵ ਜੀ ਦੀ ਰਚਨਾਤਮਕ ਸਮਰੱਥਾ ਬੇਅੰਤ ਅਤੇ ਅਪਰੰਪਾਰ ਹੈ। ਸੋ ਜਿੰਨਾ ਵੀ ਆਪਾਂ ਇਹ ਟੋਪਿਕ ਕੀਤਾ ਜੀ ਗੁਰੂ ਜੀ ਦਾ, ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਬਾਣੀ ਦੇ ਨਾਲ ਰਿਲੇਟਡ, ਇਹ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਇਸੇ ਤਰ੍ਹਾਂ ਜਾਰੀ ਰਹਿਣਗੇ। ਸਾਹਿਤ ਦੇ ਰਿਲੇਟਡ ਜਿੰਨੇ ਵੀ ਟੋਪਿਕ ਨੇ, ਸਿਫਰ ਅੱਗੇ ਕੋਸ਼ਿਸ਼ ਕਰਾਂਗੇ ਵਿਆਕਰਨ ਦੇ ਟੋਪਿਕ ਵੀ ਤੁਹਾਨੂੰ ਪ੍ਰੋਵਾਈਡ ਕਰਵਾਉਣ ਦੀ। ਸੋ ਕਲਾਸ ਨੂੰ ਜ਼ਰੂਰ ਅਟੈਂਡ ਕਰਿਆ ਕਰੋ ਜੀ, ਡੇਲੀ ਕਲਾਸ ਆਪਣੀ ਜਿਹੜੀ ਹੈਗੀ ਉਹ 5 ਵਜੇ ਤੁਹਾਨੂੰ ਜਾਂ 6 ਵਜੇ ਹੋਇਆ ਕਰੂਗੀ। ਟੈਲੀਗ੍ਰਾਮ ਲਿੰਕ ਅਤੇ ਵਟਸਐਪ ਗਰੁੱਪ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਿਆ, ਉਹਨਾਂ ਨੂੰ ਜੁਆਇਨ ਕਰ ਲਓ ਜੀ। ਉੱਥੋਂ ਤੁਹਾਨੂੰ ਕਲਾਸ ਟਾਈਮਿੰਗ ਜਿਹੜਾ ਹੈਗਾ, ਜਾਂ ਜੇਕਰ ਕਿਸੇ ਵੀ ਨਿੱਜੀ ਕਾਰਨਾਂ ਕਰਕੇ ਕਲਾਸ ਦਾ ਸਮਾਂ ਬਦਲਿਆ ਜਾਂਦਾ ਤਾਂ ਉਹਦੀ ਜਾਣਕਾਰੀ ਦਿੱਤੀ ਜਾਊਗੀ। ਸੋ ਇਸ ਦੇ ਵਿੱਚ ਤੁਹਾਨੂੰ ਜਿਹੜੇ ਸ਼ਬਦ ਆਪਾਂ ਲਿਖੇ ਨੇ ਉਹਨਾਂ ਸ਼ਬਦਾਂ ਨਾਲ ਰਿਲੇਟਡ ਪੁੱਛਿਆ ਜਾ ਸਕਦਾ ਹੈ ਕਿ ਇਹ ਸ਼ਬਦ ਕਿਸ ਰਚਨਾ ਦੇ ਨਾਲ ਸੰਬੰਧਿਤ ਨੇ ਜਾਂ ਕਿਸ ਗੁਰੂ ਦੇ ਨਾਲ ਸੰਬੰਧਿਤ ਨੇ, ਅਤੇ ਬਾਕੀ ਜੋ ਪੌੜੀਆਂ ਨੇ ਜਾਂ ਰਾਗ ਨੇ ਜਾਂ ਵੰਡ ਹੈ ਜਿਹੜੀ ਬਾਣੀ ਵੰਡ ਹੈ, ਠੀਕ ਹੈ ਜੀ, ਕਿੰਨੇ ਕਿੰਨੇ ਪਦ ਨੇ ਉਹਦੇ, ਕਿੰਨੇ ਕਿੰਨੇ ਪਦਿਆਂ ਦੇ ਵਿੱਚੋਂ ਵੰਡੀ ਗਈ ਹੈ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣਾ, ਨੋਟ ਕਰਦੇ ਰਹਿਣਾ। ਇਸੇ ਤਰ੍ਹਾਂ ਜਿਹੜੀ ਥਿਊਰੀ ਦੀਆਂ ਕਲਾਸਾਂ ਉਹ ਤੁਹਾਨੂੰ ਮਿਲਦੀਆਂ ਰਹਿਣਗੀਆਂ। ਜੇਕਰ ਆਪ ਜੀ ਨੂੰ ਇਹ ਕਲਾਸ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਕਲਾਸ ਨੂੰ ਆਪਣੇ ਹੋਰ ਸਾਥੀਆਂ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਨਾ। ਸੋ ਅੱਗੇ ਜੋ ਵੀ ਸ਼ਬਦਾਂ ਦੀ ਵਾਧ ਘਾਟ ਜੇਕਰ ਉਚਾਰਦੇ ਸਮੇਂ ਜਾਂ ਟਾਈਪਿੰਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ਬਦਾਂ ਦੀ ਵਾਧ ਘਾਟ ਜਾਂ ਗਲਤੀ ਹੋ ਜਾਂਦੀ ਹੈ, ਉਸ ਦੇ ਲਈ ਆਪ ਜੀ ਗਿਆਨਵਾਨ ਮਨੁੱਖਾਂ ਪਾਸੋਂ ਅਤੇ ਜੋ ਪਰਮਾਤਮਾ ਉਸ ਦੇ ਪਾਸੋਂ ਆਪਾਂ ਖਿਮਾ ਚਾਹੁੰਦੇ ਹਾਂ। ਕਈ ਵਾਰ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ, ਠੀਕ ਹੈ ਜੀ, ਕਿਉਂਕਿ ਗੁਰਬਾਣੀ ਇੱਕ ਅਤਿਅੰਤ ਮਹੱਤਵਪੂਰਨ ਵਿਸ਼ਾ ਗੁਰੂ ਜੀ ਦਾ। ਸੋ ਇਸ ਦੇ ਲਈ ਗੁਰੂ ਜੀ ਤੋਂ ਜਾਂ ਪਰਮਾਤਮਾ ਤੋਂ ਅਤੇ ਤੁਹਾਡੇ ਕੋਲੋਂ ਜੇਕਰ ਕੋਈ ਊਚ ਨੀਚ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਸ਼ਬਦਾਂ ਦੀ ਵਾਧ ਘੱਟ ਹੋਵੇ ਤਾਂ ਮਾਫੀ ਚਾਹੁੰਦੇ ਹਾਂ। ਸੋ ਜਲਦ ਮਿਲਦੇ ਹਾਂ ਜੀ ਆਪਾਂ ਆਪਣੀ ਨਵੀਂ ਕਲਾਸ ਦੇ ਵਿੱਚ।
ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਸਫਲਤਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।